दुख गोर अमर दास हृदय नित श्री गुरु रामदास गुरु अर्जन बेघनन के हर गोविंद शुभ श्री हर राय नमो कर श्री हर कृष्ण मनाओ तेग बहादुर परम कृपाला जी परम कृपाला श्री गुरु गोविंद सिंह बेसाला तरतरा पर पुन पुन सीसा जी पुन पुन सीसा बंदो बार बार जगदीशा एकंकार सतगुरु तेह प्रसाद सच होए वाहे गुरु जी की फतेह है विघ्न विनाशन सो जिस में अमृत ज्ञान है मानक भगत वरा गुरु ग्रंथ साहिब उदद बंदो कर अनुराग गुरु ग्रंथ साहिब उदद बंदो कर अनुराग सतनाम श्री वाहे गुरु साहिब जी पिख बुलार कह वाक कठोरा सुन कालू तुझ पैन है थोरा गोचारन को सुत मस्ताना भेजे ओ जिन सब खेत चराना वाहे गुरु जी का खालसा वाहे गुरु जी की फतेह जोगो जोग अटल सतगुरु श्री गुरु ग्रंथ साहिब जी महाराज गरीबन वास जी दे पवित्र पावन चरण कमलांदर साहिब नौवे पातशाह तिलक जंजो राखा प्रवताका किनो बड़ो कलू मैं साका धन गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते संध्या वेले दे सजे हुए दवाना च हाजरियां भर रही गुरु की साजी और नवाजी हुई परम सन्मान योग सत्कार योग गुरु खालसा साध संगत जीओ तंता दे पात्र हो जिनके भाग बड़े हैं भाई तिन साधु संग मुख जुरे नेता प्रति गुरु चरणा च हाजरियां भर के सतगुरु जी का पावन इतिहास धन गुरु नानक देव साहब जी की जन्म साखी की कथा बहुत ही अदब सत्कार ते श्रद्धा सहित आप जी सरवण कर रहे पिता जी ने विचार कीती के नानक नूं किसे काम लाया जाए ता जो ये व्यस्त हो जाए ते दा मन लग जाए विचार करके घर दे विच पशु सन मझां गावां सन आख्या बेटा नानक इन्हां नूं चार के लियाया कर नौकर सही ढंग नाल काम नहीं करदे तू साडा इको एक पुत है जे तू भी काम ना करेगा ते घर दे गुजारा किवें चलेगा सतगुरां आख्या पिता जी सत बचन
ਅਗਲੇ ਦਿਨ ਸਵੇਰੇ ਪਸ਼ੂ ਖੋਲੇ ਨੇ, ਬਾਹਰ ਜਾ ਕੇ ਚਰਾਂਦਾ ਵਿੱਚ ਪਸ਼ੂ ਚਾਰੇ ਨੇ, ਸ਼ਾਮ ਨੂੰ ਰਜਾ ਕੇ ਪਸ਼ੂ ਘਰ ਲੈ ਆਏ। ਪਿਤਾ ਜੀ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਮੈਂ ਜਿਸ ਕੰਮ ਨਾਨਕ ਨੂੰ ਭੇਜਿਆ ਸੀ ਬੜੇ ਸੋਹਣੇ ਢੰਗ ਨਾਲ ਕਰਕੇ ਆਇਆ। ਅਗਲੇ ਦਿਨ ਫਿਰ ਸਵਖਤੇ ਪਿਤਾ ਜੀ ਨੇ ਸਤਿਗੁਰਾਂ ਨੂੰ ਉਠਾਇਆ, ਪਸ਼ੂ ਲੈ ਕੇ ਸਤਿਗੁਰੂ ਜੀ ਬਾਹਰ ਗਏ। ਇੱਕ ਖੇਤ ਵਿੱਚ ਕਣਕ ਬੀਜੀ ਹੋਈ, ਵਾੜ ਲੱਗੀ ਹੋਈ, ਵਾੜ ਸਤਿਗੁਰਾਂ ਨੇ ਆਪਣੇ ਹੱਥੀਂ ਖੋਲੀ ਔਰ ਪਸ਼ੂ ਉਸ ਖੇਤ ਦੇ ਵਿੱਚ ਵਾੜ ਦਿੱਤੇ, ਉਹ ਸਾਰੀ ਕਣਕ ਚਰ ਗਏ। ਉਸ ਜ਼ਮੀਨ ਦਾ ਮਾਲਕ ਜਦੋਂ ਦਿਨ ਚੜ੍ਹਦਿਆਂ ਆਇਆ, ਵੇਖ ਕੇ ਉਹਨੇ ਦੁੱਖ ਮਨਾਇਆ, ਮੇਰੀ ਫਸਲ ਉਜਾੜ ਦਿੱਤੀ। ਪਸ਼ੂਆਂ ਨੂੰ ਹੱਕ ਕੇ ਤੇ ਸਤਿਗੁਰਾਂ ਨੂੰ ਨਾਲ ਲੈ ਕੇ ਰਾਏ ਬੁਲਾਰ ਕੋਲ ਪਹੁੰਚਿਆ। ਰਾਏ ਬੁਲਾਰ ਕੋਲ ਆ ਕੇ ਆਪਣੀ ਸ਼ਿਕਾਇਤ ਕੀਤੀ ਹੈ। ਰਾਏ ਬੁਲਾਰ ਨੇ ਆਖਿਆ ਵੀ ਜੇ ਪਟਵਾਰੀ ਦਾ ਪੁੱਤਰ ਇਸ ਤਰ੍ਹਾਂ ਦਾ ਮਸਤਾਨਾ ਹੈ ਤਾਂ ਉਹਨੂੰ ਨਹੀਂ ਸੀ ਚਾਹੀਦਾ ਵੀ ਖੇਤਾਂ ਦੇ ਵਿੱਚ ਪਸ਼ੂ ਚਾਰਨ ਭੇਜੇ। ਇਸ ਨੂੰ ਏਦਾਂ ਦੇ ਬੱਚਿਆਂ ਨੂੰ ਘਰ ਰੱਖਣਾ ਚਾਹੀਦਾ ਜਿਹੜੇ ਬਾਹਰ ਜਾ ਕੇ ਨੁਕਸਾਨ ਕਰਨ। ਸੱਦ ਕੇ ਲਿਆਓ ਪਟਵਾਰੀ ਨੂੰ, ਮੇਰੇ ਕੋਲ ਹਾਜ਼ਰ ਕਰੋ। ਨੌਕਰ ਗਿਆ ਪਟਵਾਰੀ, ਪਿਤਾ ਮਹਿਤਾ ਕਾਲੂ ਜੀ ਨੂੰ ਜਾ ਕੇ ਉਹਨੇ ਦੱਸਿਆ ਕਿ ਰਾਏ ਬੁਲਾਰ ਨੇ ਤੁਹਾਨੂੰ ਆਪਣੇ ਕੋਲ ਸੱਦਿਆ, ਚੱਲ ਕੇ ਵੇਖੋ ਤੁਹਾਡੇ ਪੁੱਤਰ ਨਾਨਕ ਨੇ ਕੀ ਕਰਤੂਤ ਕੀਤੀ ਹੈ। ਪਿਤਾ ਜੀ ਬੜੇ ਦੁਖੀ ਹੋਏ ਕਿ ਜਦੋਂ ਦਾ ਇਹ ਜਨਮਿਆ ਇਹਨੇ ਸਾਨੂੰ ਸੁੱਖ ਨਹੀਂ ਦਿੱਤਾ। ਮਨ ਹੀ ਮਨ ਅਨੇਕ ਪ੍ਰਕਾਰ ਦੀਆਂ ਗਟੀਆਂ ਗਿਣਦੇ ਪਿਤਾ ਜੀ ਰਾਏ ਬੁਲਾਰ ਦੇ ਪਾਸ ਪਹੁੰਚੇ ਨੇ। ਰਾਏ ਬੁਲਾਰ ਔਰ ਪਿਤਾ ਮਹਿਤਾ ਕਾਲੂ ਜੀ ਦੀ ਵਿਚਾਰ ਹੋ ਰਹੀ ਹੈ, ਜਗਤ ਗੁਰੂ ਗੁਰੂ ਨਾਨਕ ਸਾਹਿਬ ਬਚਨ ਕਰ ਰਹੇ ਨੇ, ਆਓ ਉਜੜੀ ਹੋਈ ਖੇਤੀ ਮੇਰੇ ਪਾਤਸ਼ਾਹ ਕਿਵੇਂ ਮੁੜ ਹਰੀ ਭਰੀ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਭਿਖ ਬੁਲਾਰ ਕਹਿਵਾਕ ਕਠੋਰਾ। ਜਦੋਂ ਪਿਤਾ ਜੀ ਰਾਏ ਬੁਲਾਰ ਕੋਲ ਪਹੁੰਚੇ, ਰਾਏ ਬੁਲਾਰ ਨੇ ਪਿਤਾ ਜੀ ਨੂੰ ਵੇਖ ਕੇ ਬੜੇ ਕਠੋਰ ਬੋਲ ਬੋਲੇ, ਕਹਿਣ ਲੱਗੇ ਸੁਣ ਕਾਲੂ ਤੁਝ ਭੈ ਨਹਿ ਥੋਰਾ। ਉਹ ਮਹਿਤਾ ਕਾਲੂ ਸੁਣ, ਤੈਨੂੰ ਡਰ ਨੀ ਰੱਬ ਦਾ ਕੋਈ, ਤੈਨੂੰ ਸਾਡਾ ਕੋਈ ਭੈ ਨੀ ਵੀ ਇੱਥੇ ਕੋਈ ਸਰਕਾਰ ਚੱਲਦੀ ਹੈ, ਇੱਥੇ ਕਿਸੇ ਦਾ ਕੋਈ ਹੁਕਮ ਚੱਲਦਾ, ਤੈਨੂੰ ਕੋਈ ਰੱਬ ਦਾ ਜਾਂ ਕਿਸੇ ਦਾ ਭੈ ਨਹੀਂ। ਕੋ ਚਾਰਨ ਕੋ ਸੁਤ ਮਸਤਾਨਾ। ਆ ਗਾਵਾਂ ਚਾਰਨ ਲਈ, ਮੱਝਾਂ ਚਾਰਨ ਲਈ ਤੂੰ ਆਪਣੇ ਮਸਤਾਨੇ ਜੇ ਪੁੱਤਰ ਨੂੰ ਭੇਜ ਦਿੱਤਾ, ਸਾਰੇ ਨਗਰ ਦੇ ਵਿੱਚ ਇਹ ਗੱਲ ਫੈਲੀ ਆ ਵੀ ਤੇਰੇ ਪੁੱਤਰ ਦੀ ਮੱਤ ਜਿਹੜੀ ਆ ਉਹ ਮਸਤਾਨੀ ਹੈ, ਤੇ ਤੂੰ ਆਪਣੇ ਇਸ ਮਸਤਾਨੇ ਪੁੱਤਰ ਨੂੰ ਇਹ ਪਸ਼ੂ ਚਾਰਨ ਲਈ ਭੇਜ ਦਿੱਤਾ, ਟੋਰ ਦਿੱਤਾ। ਭੇਜਿਓ ਜਿਨ ਸਭ ਖੇਤ ਚਰਾਨਾ। ਉਹਨੂੰ ਭੇਜਿਆ ਤੇ ਉਹਨੇ ਜਾ ਕੇ ਆ ਵੇਖ ਪੁਕਾਰੂ ਆਇਆ, ਜ਼ਿਮੀਦਾਰ ਆਇਆ, ਮੇਰੇ ਕੋਲ ਰੋ ਕੇ ਪੁਕਾਰ ਕਰ ਰਿਹਾ, ਇਹਦੀ ਸਾਰੀ ਫਸਲ ਤਬਾਹ ਕਰ ਦਿੱਤੀ ਹੈ, ਇਹਦੀ ਸਾਰੀ ਫਸਲ ਤੇਰੇ ਜਾਨਵਰਾਂ ਨੇ ਤੇਰੇ ਪਸ਼ੂਆਂ ਨੇ ਉਜਾੜ ਕੇ ਰੱਖ ਦਿੱਤੀ ਹੈ। ਇਹ ਜੋ ਕਰਮ ਨਿਭ ਹੈ ਕਿਉਂ ਕਰਕੇ। ਏਦਾਂ ਕਰਕੇ ਕਿਵੇਂ ਨਿਭੇਗਾ ਭਾਈ, ਕਿਵੇਂ ਨਿਭਾ ਹੋਵੇਗਾ ਜੇ ਤੁਸੀਂ ਏਦਾਂ ਕਰੋਗੇ, ਏਦਾਂ ਆਪਣੇ ਪੁੱਤਰ ਨੂੰ ਭੇਜੋਗੇ, ਏਦਾਂ ਤਾਂ ਅੱਜ ਇਹਦੇ ਇਹਦੀ ਫਸਲ ਚਾਰੀ ਹੈ, ਕੱਲ ਨੂੰ ਕਿਸੇ ਹੋਰ ਦੀ ਫਸਲ ਦਾ ਨੁਕਸਾਨ ਕਰੇਗਾ, ਏਦਾਂ ਕਿਵੇਂ ਨਿਭਾ ਹੋਵੇਗਾ। ਕੋ ਧਨ ਲਿਹੋ ਉਜਾਰਾ ਭਰਕੇ। ਇਸ ਕਰਕੇ ਪਟਵਾਰੀ ਸਾਹਿਬ ਇਹ ਨਾ ਜਾਣਿਓ ਕਿ ਤੁਸੀਂ ਮੇਰੇ ਪਟਵਾਰੀ ਹੋ ਤੇ ਮੈਂ ਤੁਹਾਨੂੰ ਮਾਫ ਕਰ ਦਿਆਂਗਾ। ਇਹਦੀ ਕਣਕ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਪੈਸਾ ਤੈਨੂੰ ਇਹਦੇ ਕੋਲ ਭਰਨਾ ਪਵੇਗਾ, ਜਿੰਨਾ ਵੀ ਇਹਦਾ ਨੁਕਸਾਨ ਹੋਇਆ ਉਹ ਨੁਕਸਾਨ ਤੈਨੂੰ ਦੇਣਾ ਪਵੇਗਾ। ਆਸ ਸੁਣ ਕਰ ਸ਼੍ਰੀ ਨਾਨਕ ਬਾਨੀ। ਕੋਲੋਂ ਗੁਰੂ ਨਾਨਕ ਸਾਹਿਬ ਜੀ ਬੋਲ ਪਏ। ਪਿਤਾ ਜੀ ਤਾਂ ਸਾਹਮਣੇ ਖੜੇ ਕੁਝ ਨਹੀਂ ਬੋਲੇ, ਰਾਏ ਬੁਲਾਰ ਦੀਆਂ ਗੱਲਾਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ। ਬੋਲੇ ਕਲਾਵਾਨ ਗੁਣ ਖਾਨੀ। ਕਲਾਵਾਨ ਗੁਣਾਂ ਦੀ ਖਾਨ, ਅਨੰਤ ਕਲਾਵਾਂ ਦੇ ਮਾਲਕ,
आप निरंकार सतगुरु गुरु नानक साहब जी बोले बेगन न खेती मह किन कीना। महाराज जी कहन लगे राय जी नुकसान कादा खेती ता चंगी पली है। आखो सतनाम श्री वाहिगुरु। क्योंकि उस वेले खेती जदों पातशाह कह रहे ने उदो बिलकुल ठीक हो गई है। आ उस तो पहला पशुआ ने चरी सी उदे च कोई दो राय नहीं। पर हुण जे कोई आखे भी सतगुरु जी झूठ पे बोलदे इत्थे ना भाई मेरे साहब दी रसना तो जो बोलिया जांदा उह सच है। गुरदेव कहिंदे भी खेत नूं तां कोई विघन होया ही नहीं। खेत दा फसल तां चंगी भली खड़ी है। नुकसान किस गल दा भरना है। तुम कस चाहो उजाड़ा लीना। राय जी तुसी किस गल दा उजाड़ा लैणा चाहुंदे हो उजाड़े दी रकम लैणा चाहुंदे हो। जे उजड़िया ही नहीं खेत फसल उजड़ी नहीं वो चंगी भली खड़ी है उदा उजाड़ा तुसी किवें लै सकदे हो। एक ना खेत को पात ने पाते। जाके वेखो फसल दे विच एक भी पत्ता टुटिया नजर नहीं आना तुहानूं। तुसी कहिंदे हो कणक खा ली है पशुआं ने सारी उत्थे वेखो जाके उत्थे तां फसल दा एक भी पत्ता तुहानूं टुटिया नजर नहीं आना। बाद बदत तुम बैन रिसाते। तुसी ए जेड़े रोस विच आके बोल पे बोलदे हो ए बोल सच नहीं हन। असी जो कह रहे हैं वो सच है जाके वेख लो। इत्थे एक गल न्याय करन वालियां वास्ते गुरु नानक साहब दी बड़ी सुंदर हदायत है भी तू जिमीदार दी गल सुन रही उहदे कोलों सुन के पिता जी नूं सद के उहदे कोलों उहनां कोलों दंड लैण लग्गा भी जुर्माना भर। भी जिमीदार भी तां झूठ बोल सकदा सी ना चाहीदा की सी। राय बुलार उत्थे पहुंचदा मौका वेखदा कि वाकई फसल तबाह होई है फिर अगली गल हुंदी। पातशाह कहिंदे तू किस गल दा नुकसान मंगदा जे उत्थे कुछ विगड़िया ही नहीं। वेखो महाराज गुरु नानक की बात में बात बात में बात जे मौके वारदात ही नहीं वेखदा जाके भी उत्थे वारदात होई भी है कि नहीं होई हवा दे विच ही मान लेगा। यह संकेत सी न्याय करन वालियां वास्ते। तो सतगुरु सच्चे पातशाह जी महाराज जी ने आख्या भी निजे नुकसान होया ही नहीं राय जी ते फिर वो नुकसान दी भरपाई किस गल दी करिए। जे क्रिख खाई मह खन तेना। जेड़ी क्रिख जेड़ी फसल मझां ते गावां खाधी है तो तुम ले हो चहो हो जो लेना। ते फिर जे वो खाधी होवे उत्थे फसल नहीं होनी चाहिदी पर उत्थे तां खड़ी है फसल चंगी भली। ते जे फसल खड़ी है ते फिर ओदा हरजाना तू किवें लैणा चाहुंदा है। जे गवार तित बचन प्रती तू। ते तू इत्थे जेड़ा आके तेनू गल कहे एदा हवा च ही मर लेना हुंदा वेखदा नहीं हुंदा। कोई पड़ताल करना तेरा फर्ज नहीं राय भी वेखना कि वाकई ये घटना हुई है कि एदा ही आके तेनू कोई कह देवे ते तू सच करके मर लेना। पातशाह बड़े सुचेत शब्दां विच कड़कमें शब्दां विच कह रहे ने सुन कर सियाने तरत ना चीतू। जेड़ा सियाणा बंदा हुंदा ना एदां सुनिया सुनाइया गल्लां ते यकीन नहीं करदा जदों तक वेख ना लवे। सियाणा बंदा वो है जेड़ा पहला वेखे भी हां है इस तरह फिर वो मनदा है। एदां नहीं भी जेड़ा आके कह दे कन च ते उदां ही मन लवे। खालसा जी किड्डा वड्डा संदेश है महाराज जी दा राजनीतकां वास्ते न्याय अधीशां वास्ते न्याय करन वालियां वास्ते भी जिवें कोई कहे थोड़ी मन लैणा। जे उह वेखदा नहीं जाके पड़ताल नहीं करदा ते सियाणे बंदियां दी इह निशानी नहीं हुंदी राय जी। पुन बोलियो सुन कर क्रिख कारा। जदों सतगुरु जी एदां बोले ते कोलों जिमीदार बोल पिया साबत एक न कौन किदारा। कहिंदा जी वेखो इह गल्लां बणाउंदे आ उत्थे तां मेरी फसल दा एक दाणा भी एक बूटा भी साबत नहीं बचिया। ए कहिंदे ने उत्थे पत्ता भी नहीं टुटा मैं वेख के आया उत्थे तां एक बूटा भी साबत नहीं खड़ा। पठवहु मानव हेरै तासू। नहीं यकीन ते भेजो अपने बंदे मेरे नाल चल के वेख लो मौका वेख लवो। मैं न कहूं कूर तुम पासू। हे राय जी मैं कोई झूठ नहीं पिया बोलदा
मैं जो वेख के आया वो कह रहा हां युगम बचन सुन संसय आया। सतगुरु जी कहंदे तू जो वेख के आया वो आके कह रहे हैं। ते साहब कहंदे असी जो हुण इस वेले वेख रहे हैं वो कह रहे हैं। आखो सतनाम से श्री वाहिगुरु। तू वेख के आया उन्ने नू आउंदिया दो चार घंटे बीत गए ने पर असी हुण मौके ते जो उत्थे हो रहा वो कह रहे हैं। इस करके मेरे साहब दे वाक सच ने। जिमीदार भी अपने वालों सच्चा सी, पातशाह भी सच ही कह रहे ने, क्योंकि गुरदेव वेख रहे ने फसल चंगी पली है। जे साहब दा सफुरना बचन ही हो गया ना भी ठीक है, वो तो आपे ठीक हो जानी सी। जे पातशाह कह दिता भी उहदा पत्ता भी नहीं विगड़िया ते आपे नरोई हो जानी सी फसल, बूटे साबत हो जाने सी, हो भी गए ने। राय दे कोल खड़ा वो कहिंदा जिमीदार जी मैं झूठ नहीं पिया बोलदा, मैं जो वेख के आया वो कह रहा, नहीं यकीन ते अपना बंदा भेजो ते वेख लवे। कारण मनुज पठाया। राय बुलार ने सतगुरां दे भी बचन सुने, उस जिमीदार दे भी सुने, ओदे मन च संसा होया भी इह किवें हो सकदा। उसे वेले उन्हें अपना एक बंदा अपना नौकर भेजिया, फिर कह नर चहुका ते जाके दूर जाके निगाह मार के उस जिमीदार नू नाल ले जाके वेखन लगा। बिकन नदी सह मुरे ओ तहां ते वो बंदा उत्थों वापस परत आया भी फसल दा तां कख भी नहीं बिगड़िया। नेड़े तेड़े चारे पासे निगाह मारी भी फसल तां चंगी भली, कणक दी साबत कर खड़ी हुई है, लै लै पी कर दी है, कुछ नहीं पिया बिगड़िया। आए राए सो बात जनाई, उन्हें आके नौकर ने राय बुलार नू दसिया। मैं हेरी फिर कह चहुकाई, कहंदा जी मैं चारे पासे दे खेत दे गेड़ा कढ के आया, वेख के आया कितों भी एदी फसल दा कोई नुकसान नहीं होया, चंगी भली फसल खड़ी है। नह पास खोज ना बूटा टूटा, ए कहंदा उत्थे जानवरां ने चर ली है सारी कणक। राय जी ਉਥੇ ਤਾਂ ਕਿਸੇ ਜਾਨਵਰ ਦੇ ਪੈਰ ਦਾ ਨਿਸ਼ਾਨ ਤੱਕ ਵੀ ਨਹੀਂ ਹੈ। ਪਸ਼ੂ ਫਿਰਦੇ ਹੁਣ ਪੈਲੀ ਵਿੱਚ ਤੇ ਉਹਨਾਂ ਦੇ ਪੈਰਾਂ ਦੇ ਪੌੜਾਂ ਦੇ ਨਿਸ਼ਾਨ ਹੁੰਦੇ ਆ, ਉਹ ਵੀ ਉੱਥੇ ਕੋਈ ਨਹੀਂ। ਚੰਗੀ ਭਲੀ ਇਹਦੀ ਫਸਲ ਖੜੀ ਹੈ। ਰਹੇ ਉਹ ਨਿਸਰ ਸਭ ਸਾਬਤ ਬੂਟਾ, ਬੂਟੇ ਨਿਸਰੇ ਹੋਏ ਨੇ, ਸਾਬਤ ਖੜੇ ਨੇ, ਕਿਸੇ ਵੀ ਬੂਟੇ ਦਾ ਕੁਝ ਨਹੀਂ ਵਿਗੜਿਆ। ਚਾਹੂ ਔਰ ਕਿਤ ਬਾਰ ਨਾ ਤੋਰੀ, ਤੇ ਵਾੜ ਵੀ ਲੱਗੀ ਹੋਈ ਹੈ ਚਾਰੇ ਪਾਸੇ, ਵਾੜ ਵੀ ਨਹੀਂ ਤੋੜੀਏ। ਕਹਿੰਦਾ ਵਾੜ ਤੋੜ ਕੇ ਪਸ਼ੂ ਵਾੜੇ ਨੇ ਅੰਦਰ, ਕਹਿੰਦਾ ਜੀ ਵਾੜ ਵੀ ਚੰਗੀ ਭਲੀ ਲੱਗੀ ਹੋਈ ਹੈ। ਖਰੀ ਖਰੀ ਭੂਜਰੀ ਸੋਜੋਰੀ, ਕਹਿੰਦੇ ਸਾਰੀ ਜ਼ਮੀਨ ਦੇ ਨਾਲ ਜੜੀ ਹੋਈ ਬੜੀ ਖਰੀ ਖਰੀ ਕਣਕ ਖੜੀ ਹੈ। ਗਾਹਕ ਝੂਠੋ ਦੇਤ ਦੁਹਾਈ, ਮਹਾਰਾਏ ਜੀ ਇਹ ਜਿਹੜਾ ਇਹ ਜ਼ਮੀਨਦਾਰ ਹੈ ਝੂਠ ਬੋਲਦਾ, ਇਹ ਬਿਲਕੁਲ ਆ ਕੇ ਝੂਠੀ ਦੁਹਾਈ ਦੇ ਰਿਹਾ। ਉਚਿਤ ਦੰਡ ਇਹ ਹੈ ਨਰ ਰਾਈ, ਇਹ ਰਾਜਾ ਇਹਨੂੰ ਦੰਡ ਦੇਣਾ ਚਾਹੀਦਾ, ਇਹਨੇ ਝੂਠੀ ਸ਼ਿਕਾਇਤ ਕੀਤੀ ਆ ਕੇ, ਇਹਨੂੰ ਸਜ਼ਾ ਮਿਲਣੀ ਚਾਹੀਦੀ, ਇਹਨੂੰ ਦੰਡ ਲਾਣਾ ਚਾਹੀਦਾ। ਸੁਣ ਕਰ ਕ੍ਰਿਖ ਕਮਨ ਹੈ ਬੇਸਮਾਨਾ, ਉਹ ਜਿਹੜਾ ਜ਼ਿਮੀਂਦਾਰ ਸੀ ਸੁਣ ਕੇ ਇਕਦਮ ਹੈਰਾਨ ਹੋਇਆ। ਨਿਜ ਹੇਰਨ ਕੋ ਕੀਨ ਪਿਆਨਾ, ਕਹਿੰਦਾ ਨਹੀਂ ਜੀ ਮੈਂ ਵੇਖਦਾ ਜਾ ਕੇ। ਉਹ ਆਪ ਚਲਾ ਗਿਆ ਵੇਖਣ ਵਾਸਤੇ। ਤੂਰਨ ਸਰਸ ਜਹਾਂ ਚਹੋ ਕੋਨਾ, ਜਾ ਕੇ ਬੜੀ ਛੇਤੀ ਨਾਲ ਪਹੁੰਚਿਆ ਖੇਤ ਵਿਚ, ਨਿਗਾਹ ਮਾਰੀ ਤੇ ਫਸਲ ਚੰਗੀ ਭਲੀ ਚਾਰੇ ਕੋਨਿਆਂ ਦੇ ਵਿਚ ਫਿਰ ਕੇ ਵੇਖਦਾ ਵੀ ਇਹ ਫਸਲ ਤਬਾਹ ਹੋਈ ਸੀ ਝਟਕ ਪਹਿਲਾਂ, ਇੱਥੇ ਕੋਈ ਬੂਟਾ ਨਜ਼ਰ ਨਹੀਂ ਸੀ ਆਉਂਦਾ, ਤਬਾਹ ਹੋ ਗਈ ਸੀ ਸਾਰੀ ਫਸਲ, ਇਹ ਤਾਂ ਚੰਗੀ ਭਲੀ ਖੜੀ ਹੈ। ਉਹ ਬੜਾ ਹੈਰਾਨ ਹੋਇਆ। ਮਤਵਾਰੇ ਜੀ ਮਕੀਨ ਸਮੋਨਾ, ਤੇ ਜਿਵੇਂ ਕੋਈ ਬੌਰਾ ਜਾ ਨਹੀਂ ਹੋ ਜਾਂਦਾ, ਏਦਾਂ ਉਹ ਜ਼ਿਮੀਂਦਾਰ ਬੌਰਾ ਜਾ ਹੋ ਗਿਆ ਤੇ ਚੁੱਪ ਹੋ ਗਿਆ, ਕੁਝ ਨਹੀਂ ਪਿਆ ਬੋਲਦਾ। ਵਾਪਸ ਆਇਆ ਤੇ ਉਹ ਕਹਿ ਨਹੀਂ ਸਕਿਆ ਕੁਝ, ਬੋਲ ਹੀ ਨਹੀਂ ਸਕਿਆ ਵੀ ਹੁਣ ਮੈਂ ਕੀ ਆਖਾਂ ਤੇ ਕੀ ਬੋਲਾਂ। ਸਭ ਕਿਦਾਰ ਉਜਰਾ ਅਬ ਹੇਰੇ, ਸੋਚਦਾ ਹੈ ਵੀ ਇਹ ਹੋਇਆ ਕੀ ਹੈ, ਕਿਤੇ ਮੈਂ ਸੁਪਨਾ ਵੇਖਦਾ ਸੀ ਵੀ ਮੈਂ ਖੁਦ ਵੇਖ ਕੇ ਗਿਆ ਕਿ ਫਸਲ ਉਜੜੀ ਹੋਈ ਸੀ, ਫਸਲ ਤਬਾਹ ਹੋਈ ਸੀ, ਇੱਕ ਵੀ ਬੂਟਾ ਸਾਬਤ ਨਹੀਂ ਸੀ ਖੜਿਆ ਇੱਥੇ। ਗਇਓ ਰਾਏ ਢਿੱਗ ਲੱਗੀ ਨਾ ਦੇਰੇ, ਰਾਏ ਕੋਲ ਜਾ ਕੇ ਵਾਪਸ ਆਉਂਦਿਆਂ ਕਿੰਨਾ ਕੁ ਟਾਈਮ ਲੱਗਾ, ਪੰਜ ਚਾਰ ਘੜੀਆਂ ਦਾ ਸਮਾਂ ਲੱਗਾ ਹੋਣਾ। ਇੰਨੇ ਟਾਈਮ ਦੇ ਵਿੱਚ ਸਾਰੀ ਫਸਲ ਦੁਬਾਰਾ ਕਿਵੇਂ ਉੱਗ ਗਈ, ਦੁਬਾਰਾ ਕਿਵੇਂ ਉਸੇ ਤਰ੍ਹਾਂ ਹੋ ਗਈ। ਆਵਤ ਲੋ ਹਰਿਆਵਲ ਪਹਾਰੀ, ਜਾਣ ਤੇ ਜਾਂਦਿਆਂ ਵੇਲੇ ਫਸਲ ਕੋਈ ਨਹੀਂ ਸੀ, ਇੱਕ ਦਾਣਾ ਵੀ ਨਜ਼ਰ, ਇੱਕ ਤੀਲਾ ਵੀ ਨਜ਼ਰ ਨਹੀਂ ਸੀ ਆਉਂਦਾ ਇੱਥੇ, ਤੇ ਆਉਂਦਿਆਂ ਸਾਰੀ ਫਸਲ ਚੰਗੀ ਭਲੀ ਹੈ। ਉਹ ਹੈਰਾਨ ਹੈ,
ਵਿਸਮਾਦ ਹੈ। ਜ਼ਿਮੀਦਾਰ ਸੋਚੀ ਜਾਂਦਾ ਹੈ ਪਰ ਉਹਦੀਆਂ ਸੋਚਾਂ ਦੇ ਘੋੜੇ ਕਿੱਥੇ ਤੱਕ ਦੌੜਨ। ਮੇਰੇ ਪਾਤਸ਼ਾਹ ਤਾਂ ਉਸ ਮੰਡਲ ਦੇ ਵਿੱਚ ਵਰਤਦੇ ਹੈ ਜਿੱਥੇ ਮਨੁੱਖੀ ਸੋਚਾਂ ਤੇ ਸਮਝਾਂ ਖਤਮ ਹੋ ਜਾਂਦੀਆਂ ਹਨ। ਪਾਤਸ਼ਾਹ ਭਾਈ ਵੀਰ ਸਿੰਘ ਜੀ ਦਾ ਕਥਨ ਹੈ। ਬੈਠ ਵੇ ਯੋਗੀ ਸੁਨ ਮੰਡਲੇ ਦੀ ਤਾਰ ਵਿੱਚ, ਵਲਵਲੇ ਦੇ ਦੇਸ਼ ਵਿੱਚ ਲੱਗ ਗਈਆਂ ਤਾਰੀਆਂ। ਕਹਿੰਦੇ ਇਹੋ ਜਿਹੇ ਥਾਂ ਤੇ ਸੁਰਤ ਜਿੱਥੇ ਦਿਮਾਗ ਕੰਮ ਨਹੀਂ ਕਰਦਾ, ਜਿੱਥੇ ਆ ਸਾਡੀ ਸੁਰਤ ਪਹੁੰਚਦੀ ਨਹੀਂ, ਜਿੱਥੇ ਸੋਚਾਂ ਸਮਝਾਂ ਖਤਮ ਹੋ ਜਾਂਦੀਆਂ, ਮੇਰੇ ਪਾਤਸ਼ਾਹ ਦੀਆਂ ਉਹ ਖੇਡਾਂ ਨੇ। ਜੇ ਤੁਸੀਂ ਸੋਚ ਸਮਝ ਦੀ ਵਿਚਾਰ ਦੇ ਦਿਮਾਗ ਦੇ ਦਾਇਰੇ ਵਿੱਚ ਲਿਆਉਣਾ ਚਾਹੋ ਤੇ ਕਦੇ ਨਹੀਂ ਸਮਝ ਸਕਦੇ, ਤੇ ਜੇ ਦਿਮਾਗ ਦੇ ਦਾਇਰੇ ਵਿੱਚ ਆ ਜਾਣ ਸਤਿਗੁਰਾਂ ਦੀਆਂ ਖੇਡਾਂ ਤੇ ਫਿਰ ਅਸੀਂ ਇਹ ਨਾ ਕਹਾਂਗੇ ਤੁਮਰੀ ਗਤ ਮਿਤ ਤੁਮ ਹੀ ਜਾਨੀ। ਸੋਚ ਮੰਡਲ ਤੋਂ ਪਰੇ ਆ ਸਤਿਗੁਰਾਂ ਦੀ ਖੇਡ, ਤਦੇ ਰੋਜ ਕਹਿੰਦੇ ਆ ਤੁਮਰੀ ਗਤ ਮਿਤ ਤੁਮ ਹੀ ਜਾਨੀ। ਹਾਂਜੀ, ਭਇਓ ਨਾ ਕਾਰਨ ਜਾਤ ਵਿਚਾਰੀ। ਉਹ ਵਿਚਾਰੀ ਜਾਂਦਾ, ਸੋਚੀ ਜਾਂਦਾ ਪਰ ਉਹਨੂੰ ਕੋਈ ਕਾਰਨ ਸਮਝ ਨਹੀਂ ਪਿਆ ਆਉਂਦਾ, ਇਹ ਹੋਇਆ ਕੀ ਤੇ ਕਿਵੇਂ ਹੋਇਆ। ਸੋਚੀ ਜਾਂਦਾ ਕੀ ਹੋਇਆ ਤੇ ਕੀਕੂ ਹੋਇਆ, ਖਪ ਖਪ ਮੂਹੇ ਸਿਆਣੇ, ਕਿਵੇਂ ਹੋ ਗਿਆ, ਕਿਉਂ ਹੋਇਆ, ਕਿਵੇਂ ਹੋਇਆ, ਕੀ ਹੋਇਆ ਤੇ ਕੀਕੂ ਹੋਇਆ, ਖਪ ਖਪ ਮੂਹੇ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ ਜਿਤ ਰਾਏ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਸੋਚੀ ਜਾਂਦਾ ਕਿਵੇਂ ਹੋ ਗਿਆ, ਕੀ ਕਾਰਨ ਬਣਿਆ, ਪਰ ਕੁਝ ਸਮਝ ਨਹੀਂ ਪਿਆ ਆਉਂਦਾ। ਲੱਜਤ ਹੋਏ ਨਾ ਗਾ ਟਿਗਰਾਊ, ਉੱਥੇ ਹੀ ਸ਼ਰਮਿੰਦਾ ਹੋ ਕੇ ਖੇਤ ਚ ਖੜਾ ਰਿਹਾ, ਮੁੜ ਕੇ ਵਾਪਸ ਨਹੀਂ ਗਿਆ ਰਾਏ ਬੁਲਾਰ ਕੋਲ, ਕੀ ਮੂੰਹ ਲੈ ਕੇ ਜਾਵਾਂ, ਪਹਿਲਾਂ ਤਾਂ ਸ਼ਿਕਾਇਤ ਕੀਤੀ ਸੀ ਜਾ ਕੇ, ਹੁਣ ਕੀ ਆਖਾਂ ਵੀ ਫਸਲ ਚੰਗੀ ਭਲੀ ਹੈ। ਉਹਨੇ ਕਹਿਣਾ ਵੀ ਪਹਿਲਾਂ ਸੱਚ ਕਹਿੰਦਾ ਸੀ ਕਿ ਹੁਣ ਸੱਚ ਕਹਿ ਰਿਹਾ। ਲੱਜਤ ਹੋਇਆ, ਸ਼ਰਮਿੰਦਾ ਹੋਇਆ, ਮੁੜ ਕੇ ਰਾਏ ਬੁਲਾਰ ਕੋਲ ਨਹੀਂ ਗਿਆ। ਪਰੇ ਉਹਨਾਂ ਪ੍ਰਭ ਪਗ ਜਾਨ ਪ੍ਰਭਾਉ, ਮਾੜੇ ਭਾਗ ਸੀ ਇਹਦੇ, ਸਤਿਗੁਰਾਂ ਦਾ ਪ੍ਰਭਾਵ ਜਾਣ ਕੇ ਮਹਾਰਾਜ ਜੀ ਦੇ ਚਰਨੀ ਨਹੀਂ ਢਿਆ ਜਾ ਕੇ, ਵੀ ਉੱਥੇ ਜਾ ਕੇ ਚਰਨੀ ਫੜ ਲੈਂਦਾ ਸਤਿਗੁਰਾਂ ਦੇ, ਪਰ ਕਰਮ ਚੰਗੇ ਨਹੀਂ ਸੀ। ਬਿਨਾਂ ਭਾਗਾਂ ਤੋਂ ਕਿਵੇਂ ਕੁਝ ਪ੍ਰਾਪਤ ਹੋ ਸਕਦਾ ਹੈ। ਮੰਦ ਕਰਮ ਥੋ ਭਾਗ ਨਾ ਜਾਗਾ, ਕਹਿੰਦੇ ਭਾਗ ਹੀ ਨਹੀਂ ਜਾ ਕੇ, ਕਰਮ ਮਾੜੇ ਸਨ ਇਹਦੇ ਕੇ, ਸਤਿਗੁਰਾਂ ਦੇ ਚਰਨੀ ਨਹੀਂ ਲੱਗਾ ਜਾ ਕੇ, ਕਿਉਂਕਿ ਗੁਰੂ ਚਰਨੀ ਵੀ ਉਹੀ ਲੱਗਦੇ ਨੇ ਜਿਨ੍ਹਾਂ ਦੇ ਭਾਗ ਵੱਡੇ ਹਨ। ਬਿਸਮੈ ਹੋਏ ਖੇਤ ਅਨੁਰਾਗਾ, ਹੈਰਾਨ ਹੋਇਆ ਤੇ ਨਾਲੇ ਕਹਿੰਦਾ ਚਲੋ ਮੇਰੀ ਫਸਲ ਠੀਕ ਹੈ। ਇਹ ਨੀ ਵੀ ਹੋਈ ਕਿਵੇਂ ਠੀਕ, ਜਿਨ੍ਹਾਂ ਨੇ ਕਿਰਪਾ ਕੀਤੀ ਉਹਨਾਂ ਦਾ ਪ੍ਰਭਾਵ ਨਹੀਂ ਜਾਣੇ, ਨਾ ਝਰਨੀ ਲੱਗਾ ਜਾ ਕੇ, ਕਰਮ ਮਾੜੇ ਸਨ ਤੇ ਆਪਣੀ ਫਸਲ ਨਾਲ ਹੀ ਅਨੁਰਾਗ ਕਰਨ ਲੱਗਾ। ਸ਼੍ਰੀ ਨਾਨਕ ਕਾਲੂ ਪਿਤ ਸੰਗਾ, ਇੱਧਰ ਰਾਏ ਬੁਲਾਰ ਨੇ ਵੇਖਿਆ ਵੀ ਸਭ ਕੁਝ ਠੀਕ ਹੈ, ਉਹ ਹੈਰਾਨ ਵੀ ਹੈ ਰਾਏ ਬੁਲਾਰ, ਤੇ ਸਤਿਗੁਰੂ ਜੀ ਪਿਤਾ ਜੀ ਦੇ ਨਾਲ ਚੱਲੇ ਸਦਨ ਕੋ ਸਹਿਤ ਮੰਗਾ, ਮੰਗ ਸਹਿਤ ਸਤਿਗੁਰੂ ਜੀ ਘਰ ਨੂੰ ਚੱਲ ਪਏ। ਭਇਓ ਖੇਤ ਰਖਵਾਰੋ ਝੂਠਾ, ਜਿਹੜਾ ਉਹ ਖੇਤ ਵਾਲਾ ਸੀ ਜ਼ਿਮੀਦਾਰ ਉਹ ਝੂਠਾ ਸਾਬਤ ਹੋ ਗਿਆ। ਜਿਹੇ ਕੋ ਮੈਂ ਖੀ ਖੇਤ ਹੈ ਮੂਠਾ, ਕਹਿੰਦੇ ਜਿਹਦੀ ਫਸਲ ਸਾਰੀ ਮੱਝਾਂ ਨੇ ਖਾ ਲਈ ਸੀ, ਗਾਵਾਂ ਨੇ ਖਾ ਲਈ ਸੀ। ਰਾਏ ਲਖਿਓ ਰਾਹ ਕਮਤ ਵਾਰਾ, ਰਾਏ ਬੁਲਾਰ ਸੋਚਦਾ ਵੀ ਜਾਪਦਾ ਉਹ ਜ਼ਿਮੀਦਾਰ ਪਾਗਲ ਸੀ, ਉਹ ਰਾਹਕ ਪਾਗਲ ਸੀ, ਪਹਿਲਾਂ ਸਤਿਗੁਰਾਂ ਨੂੰ ਕਹਿੰਦਾ ਸੀ ਵੀ ਮਸਤਾਨੇ ਨੇ, ਕਹਿੰਦਾ ਨਹੀਂ ਇਹ ਤਾਂ ਠੀਕ ਨੇ, ਬੜੀ ਚੜ੍ਹਦੀ ਕਲਾ ਵਿੱਚ ਨੇ, ਬੜੇ ਸੁੰਦਰ ਬਚਨ ਕਹੇ ਨੇ ਉਹਨਾਂ ਨੇ। ਉਹ ਜਿਹੜਾ ਜ਼ਿਮੀਦਾਰ ਆਇਆ ਸੀ ਉਹੀ ਮਸਤਾਨਾ ਸੀ। ਬਿਨ ਉਜਰੇ ਕਿਉਂ ਕਰੀ ਪੁਕਾਰਾ, ਸੋਚਦਾ ਵੀ ਹੈ ਰਾਏ ਵੀ ਜੇ ਉਹਦੀ ਫਸਲ ਉਜੜੀ ਨਹੀਂ ਸੀ ਤੇ ਉਹਨੇ ਪੁਕਾਰ ਕਿਉਂ ਕੀਤੀ ਆ ਕੇ, ਏਡਾ ਝੂਠ ਥੋੜੀ ਬੋਲਣਾ ਚਾਹੀਦਾ ਸੀ ਉਹਨੂੰ, ਕੋਈ ਨਾ ਕੋਈ ਗੱਲ ਤਾਂ ਹੋਣੀ ਹੈ। ਉਹ ਸਮਝੀ, ਰਾਏ ਨੂੰ ਵੀ ਨਹੀਂ ਸਮਝ ਆ ਰਹੀ, ਉਹ ਵੀ ਆਪਣੇ ਸੋਚ ਦੇ ਘੋੜੇ ਦੌੜਾਈ ਜਾਂਦਾ ਹੈ ਵੀ ਜਾਪਦਾ ਜਾਂ ਤਾਂ ਉਹਦੀ ਮੱਤ ਘੱਟ ਹੋਣੀ ਹੈ ਜ਼ਿਮੀਦਾਰ ਦੀ, ਵੀ ਜਿਹੜਾ ਆ ਕੇ ਇੱਥੇ ਝੂਠੀ ਪੁਕਾਰ ਕਰ ਰਿਹਾ ਸੀ। ਪਸ਼ਚਾਤਾਪ ਆਪ ਪੁਨ ਕੀਨਾ, ਰਾਏ ਨੇ ਵੀ ਪਸ਼ਚਾਤਾਪ ਕੀਤਾ ਵੀ ਮੈਂ ਬਿਨਾਂ ਗੱਲ ਤੋਂ ਪਟਵਾਰੀ ਨੂੰ ਵੀ ਗੁੱਸੇ ਹੋਇਆ, ਉਹਦੇ ਪੁੱਤਰ ਨੂੰ ਵੀ ਗੁੱਸੇ ਹੋਇਆ, ਇਹ ਠੀਕ ਨਹੀਂ ਹੋਇਆ ਮੇਰੇ ਕੋਲੋਂ। ਰਾਏ ਬੁਲਾਰ ਨੇ ਇਸ ਗੱਲ ਦਾ ਪਛਤਾਵਾ ਕੀਤਾ, ਮੈਂ
परुखा कह क्यों पह दीना। मैं कानू कौड़ा बोलना सी, मैं कानू रुखा बोलना सी सतगुरानु। अस बिद श्री नानक जग साई। इस प्रकार सारे जगत दे साई धन गुरु नानक देव साहिब जी अद्भुत लीला करत सुहाई। अद्भुत लीला कर दे सतगुरु जी, ए अद्भुत लीला है। ए मेरे साहिब दे अगम्मी चोज ने जेड़े मनुखी सोच समझ तो परे हन। को महकन के चारन कारण पातशाह जी गऊआ ते मझा नू चारने नमित नित बन जै है बिपत बेदारन। रोज सतगुरु जी जांदे हुण, रोज पशु लै जांदे बाहर जंगल विच ते दूर तक पशुआं नू चार के लैके आउंदे। आए अनिच्छत खेत अगारें। ते महाराज जी जेड़े खेत हुंदे उत्थे फसलां विच जिधर इच्छा हुंदी पशु खुले वड़ जांदे। साहिब नहीं जे रोकदे किसे नू वी इत्थों ना चरो ये फसल है। पातशाह निरिच्छत होके फिरदे है और पशु अपनी इच्छा नाल चरदे हन। खान लग है नह तिन्ह निवारें। हुण लोक जेड़े सी सारे समझ गए, कुछ का ने वेख भी लई सी उहदी फसल उजड़ी हुई, बाद च हरी भरी भी वेख ली, कईआं च भावना बन गई। उन्हां आख्या गुरु नानक साहब जिथे मर्जी जेड़ी फसल विच भी पशु वाड़ देण, किसे ने नहीं रोकना, क्योंकि जेड़ी फसल दे विच ओ अपने पशु वाड़ दे ने ओ फसल दा चाड़ चार गुणा वध निकलदा है, उत्थे बरकत पै जांदी है। इस तरह कोई नहीं वरजदा, कोई नहीं रोकदा। इस बिद केते खेत ने पाते। महाराज जी ने कितने खेतां दे विच जाके पशुआं दे नाल ओह खेत चरा दिते। पुन पे तस राह कबिन जाते। जिमीदारां नूं कईआं नूं घर बैठिआं नूं पता नहीं लगदा किहड़े वेले पशुआं ने खाधी, किहड़े वेले फिर हरे भरे हो गए। फसल खा लैंदे आ पशु, मुड़ के फिर ओह नालों नाल हरे भरे हो जांदे आ। एदा महाराज जी दी कला वरत रही है। शोभ है सब सुर भी तन पीना। पशु खा खा के शरीर उन्हां दे नरोए हो गए, बखियां निकल आईयां। ते पशुआं नूं एदा कहिंदे सुंदर जाप दे शरीर दे उत्ते उन्हां दे पता लगदा भी पशुआं दी खुराक चंगी है। ते गिने पशु सन सुरभी, ओ सारे चंगे नरोए हो गए। छीर दे बहु बड़ आ पीना। और दुध देंदे है, दुध भी बड़ा खुला दुध देन लग पे, ते दुध भी संगना देंदे। हां जी दिन प्रत माखन होत सवाया। हुण संगना दुध हुंदा ते विच्चों मक्खन बड़ा निकलदा, घ्यो निकलदा है। कालू हेर हेर हर खाया। पिता जी वेख वेख के बड़े खुश हुंदे वी पशुआं दे नरोए हो गए ने। नौकरां ने तां भुखे मार छड्डे सी, वखियां वाड़ छड्डियां सी, हड्ड कढ छड्डे सी जानवरां दे। इहदा चंगे नरोए हो गए, दुध चंगा होण लग पिया, घ्यो मक्खण दुध लस्सी दही घर विच खुली होण लग पई। पिता जी बड़े खुश हुंदे वेख के। बासन वड्डे माहे दद पाई। वड्डियां वड्डियां भांडियां दे विच दही पाउंदे हन। दासी मथा जोर कर लाई। जिहड़े घर विच दासियां ने नौकर राणियां ने ओ दही पा के वड्डे वड्डे भांडियां विच चाटियां विच ते मदानी पा के बड़े जोर नाल तान नाल रिड़क दियां हन। राख है माखन मात सवारी। ते माता जी फिर मक्खन सवार सवार के रखदे आ घर विच, फिर उस मक्खन विचों घ्यो कढदे हन गर्म करके। सुत है खुआवत रुचि अनुसारी। ते ओदे विचों मक्खन दा छन्ना भर के माता जी गुरु नानक पातशाह नूं भी चकाउंदे आ। छन्ना भर के ना वड्डा पित्तल दे छन्ने हुंदे, कह दे छन्ने होया करदे सन पुराने समयां च। एक छन्ना माता जी ने वखरा भर लैणा ते अधिड़किया, जिहदे विच्चे ही मक्खण जिहड़ा रिड़क देना उहनूं अधिड़किया कहिंदे हन। ओह अधिड़किया जिहड़ा ओह महाराज जी नूं छकाणा सतगुरु जी नूं माता जी ने, फिर मक्खण दा छन्ना देना नाल छकण वास्ते। बतस ब्रिंद बप पुष्ट सुहाए। जेड़े घर दे विच अगे माल डंगर दे वाधे वास्ते बच्छे बच्छियां कट्टे कट्टियां हुंदे, कहिंदे उहनां नूं भी पीण नूं खुला दुध मिलदा, ओह भी चंगे नरोए होण लगे। पै पीवह बहोरा है अगाए। ओह भी दुध पी के रज रहिंदे हन। अस बिद किंचित काल बितायो। इसे प्रकार नाल काफी उहनां समयां विच दुध वेचदे नहीं सन बहुते लोक, केवल गुजर आदक जेड़े सन ओह दुधां दा व्यापार करदे सी। बहुते घरां दे विच दुध दही घर दे विच ही घर नौकर चाकर होणे, उहनां विच वंड देणा, एदां
ਵਧਿਆ ਹੋਇਆ ਦੁੱਧ ਵੰਡ ਦਿਆ ਕਰਦੇ ਜਾਂ ਜਿਹੜੇ ਘਰ ਵਿੱਚ ਬੱਚੇ ਬੱਚੀਆਂ ਕਟੜੂ ਹੋਣੇ ਉਹਨਾਂ ਨੂੰ ਸਾਰਿਆਂ ਨੂੰ ਦੁੱਧ ਪਿਆ ਦੇਣਾ। ਤੋਂ ਇਸ ਪ੍ਰਕਾਰ ਨਾਲ ਕਹਿੰਦੇ ਖੁੱਲੇ ਗੱਫੇ ਘਰ ਦੇ ਵਿੱਚ ਦੁੱਧ ਦਹੀਂ ਦੇ ਵਗਣ ਲੱਗੇ। ਜੰਤਨ ਜੋਨ ਉਦਾਹਰਨ ਆਇਓ, ਵੇਖੋ ਮੇਰੇ ਸਤਿਗੁਰੂ ਜੀ ਕੈਸੀ ਲੀਲਾ ਪੇ ਕਰਦੇ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਆਪਣਾ ਪਾਲਣਹਾਰ ਬਿਰਧ ਮਨ ਨੂੰ ਸੰਸਾਰ ਚ ਪ੍ਰਗਟ ਕਰਕੇ ਵਿਖਾ ਰਹੇ ਨੇ ਕਿ ਜਿਵੇਂ ਇਹਨਾਂ ਪਸ਼ੂਆਂ ਨੂੰ ਪਾਲਦੇ ਆ ਸਾਰੇ ਸੰਸਾਰ ਨੂੰ ਇਸੇ ਤਰ੍ਹਾਂ ਹੀ ਪਾਲ ਰਹੇ ਹਾਂ ਅਸੀਂ। ਸਭ ਨੂੰ ਸਵੈ ਇੱਛਾ ਮੁਤਾਬਕ ਭੋਜਨ ਦਿੰਦੇ ਆ ਵਾਹਿਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਜਿਹੜੇ ਸੰਸਾਰ ਦੀਆਂ ਸਮਸਤ ਜੂਨੀਆਂ ਦਾ ਉਧਾਰ ਕਰਨ ਵਾਲੇ ਨੇ ਉਹ ਆਪ ਇਸ ਮਾਤ ਲੋਕ ਦੀ ਧਰਤੀ ਤੇ ਆਏ ਹੋਏ ਨੇ। ਸਵਈਆ ਕਰ ਬੰਦ ਯੋ ਬੈ ਕਰ ਬੰਦ ਗੁਰੂ, ਕਹਿੰਦੇ ਹੱਥ ਜੋੜ ਕੇ ਦੋਵੇਂ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਵੰਦਨਾ ਕਰਦਾ ਹਾਂ। ਸੁਖ ਕੰਧ ਸਦਾ ਦੁੱਖ ਦੁੰਦ ਨਿਕੰਦੂ, ਮਹਾਰਾਜ ਜੀ ਤੁਸੀਂ ਸੁਖਾਂ ਦੇ ਮੂਲ ਹੋ ਔਰ ਸਦਾ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ। ਅਰਬਿੰਦ ਪਦੰ ਮਨ ਹੋ ਮਲਿੰਦ, ਗੁਰੂ ਨਾਨਕ ਸਾਹਿਬ ਤੁਹਾਡੇ ਚਰਨ ਕਮਲਾਂ ਦਾ ਮੇਰਾ ਮਨ ਭਵਰਾ ਬਣ ਜਾਏ। ਜਿਵੇਂ ਕਮਲ ਨੂੰ ਭਵਰਾ ਨਹੀਂ ਛੱਡਦਾ ਏਦਾਂ ਮੇਰਾ ਮਨ ਤੁਹਾਡੇ ਚਰਨਾਂ ਤੋਂ ਦੂਰ ਨਾ ਜਾਵੇ। ਜੋ ਮੋਹ ਕੋ ਮੂਲ ਬਿਨਾਸ਼ ਬਿਲੰਦੂ, ਤੁਹਾਡੇ ਚਰਨ ਐਸੇ ਨੇ ਕਿ ਮੋਹ ਦਾ ਵਿਨਾਸ਼ ਕਰਨ ਵਾਲੇ ਨੇ। ਮੋਹ ਨੂੰ ਮਮਤਾ ਨੂੰ ਮੂਲ ਤੋਂ ਹੀ ਜੜ ਤੋਂ ਹੀ ਵਿਨਾਸ਼ ਕਰਦੇ ਹਨ ਤੁਹਾਡੇ ਚਰਨ ਕਮਲ। ਉਡ ਦੰਬਨ ਬ੍ਰਿੰਦ ਦੇਵਾ ਕਰ ਸੋ, ਜਿਹੜੇ ਪਖੰਡੀ ਰੂਪੀ ਤਾਰੇ ਆਕਾਸ਼ ਵਿੱਚ ਚਮਕਦੇ ਆ ਮਹਾਰਾਜ ਉਹਨਾਂ ਵਾਸਤੇ ਤੁਸੀਂ ਸੂਰਜ ਦੇ ਸਮਾਨ ਹੋ। ਵਿਸ਼ਿਆ ਤਪ ਕੋ ਜੋ ਉਸੀ ਤਲ ਚੰਦੂ, ਵਿਸ਼ੇ ਵਿਕਾਰਾਂ ਦੀ ਧੁੱਪ ਵਾਸਤੇ ਆਪ ਜੀ ਚੰਦਰਮਾ ਜੈਸੇ ਸ਼ੀਤਲ ਠੰਡੇ ਠਾਰ ਹੋ। ਸਮੁਦਾਏ ਬੇਗਨ ਬਿਨਾਸ਼ਨ ਜੋ, ਜਿਹੜੇ ਬੇਗਨ ਨੇ ਉਹਨਾਂ ਦਾ ਵਿਨਾਸ਼ ਕਰਨ ਵਾਲੇ ਉਹ ਸਾਹਿਬ ਜੀ। ਨਿਜ ਦਾਸਨ ਕੋ ਬਰ ਦਾਏ ਆਨੰਦੂ, ਆਪਣੇ ਦਾਸਾਂ ਨੂੰ ਵਰ ਦੇਣ ਵਾਲੇ ਆਨੰਦ ਦੇਣ ਵਾਲੇ ਹੋ ਗਰੀਬ ਨਵਾਜ ਜੀ। ਵਾਲਾ ਸੰਧੂਰ ਵਾਚ ਦੋਹਰਾ ਸਤਿਗੁਰ ਲੀਲਾ ਲਲਿਤ ਯੋ ਕਰਤ ਪ੍ਰਿਤ ਜਗ ਕੰਤ, ਇਸ ਤਰ੍ਹਾਂ ਲੀਲਾ ਕਰਦੇ ਆ ਗੁਰੂ ਨਾਨਕ ਸਾਹਿਬ। ਕਿਉਂਕਿ ਅਵਤਾਰੀ ਪੁਰਸ਼ ਸੰਸਾਰ ਦੇ ਵਿੱਚ ਵਰਤਦੇ ਮਨੁੱਖੀ ਸਰੀਰਾਂ ਵਿੱਚ ਹੀ ਨੇ ਪਰ ਉਹਨਾਂ ਵੱਲੋਂ ਕੀਤੇ ਗਏ ਕਾਰਾਂ ਨੂੰ ਲੀਲਾ ਕਹਿੰਦੇ, ਕੌਤਕ ਕਹਿੰਦੇ, ਚੋਜ ਕਹਿੰਦੇ ਹੈ ਤੇ ਗੁਰਮੁਖੀ ਦੀ ਬੋਲੀ ਚ ਕਹਿ ਦਿੰਦੇ ਆ ਸਤਿਗੁਰਾਂ ਦੀਆਂ ਖੇਡਾਂ ਹਨ, ਗੁਰੂ ਪਾਤਸ਼ਾਹ ਦੀ ਖੇਡ ਹੈ। ਤੋ ਇਸ ਤਰ੍ਹਾਂ ਅਨਕ ਪ੍ਰਕਾਰ ਦੇ ਕੌਤਕ ਕਰਦਿਆਂ ਚੋਜ ਕਰਦਿਆਂ ਮਹਾਰਾਜ ਜੀ ਦਾ ਸਰੀਰ ਦਿਨ ਪ੍ਰਤੀ ਦਿਨ ਬਲੀ ਹੋ ਰਿਹਾ ਵੱਧ ਰਿਹਾ ਹੈ। ਪਰ ਫੁੱਲਤ ਕਲ ਫੂਲ ਸੋ ਸ਼ੋਭਤ ਰਿਤੂ ਬਸੰਤ, ਉਧਰ ਬਸੰਤ ਰਿਤੂ ਆ ਗਈ ਹੈ, ਬਸੰਤ ਰਿਤੂ ਦਾ ਪ੍ਰਵੇਸ਼ ਹੋ ਰਿਹਾ ਹੈ ਤੇ ਬਸੰਤ ਰਿਤੂ ਦੇ ਵਿੱਚ ਸੋਹਣੇ ਫੁੱਲ ਬੂਟੇ ਫੁੱਲਣ ਲੱਗੇ ਨੇ। ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ ਤੇ ਸਾਰੇ ਪਾਸੇ ਬਨਸਪਤੀ ਵਿੱਚ ਖੇੜਾ ਆਇਆ ਹੈ। ਜੋ ਪਈ ਸੁੰਦਰ ਮ੍ਰਿਦੁਲ ਸਦਲ ਤਰ ਰਾਜੀ, ਕਹਿੰਦੇ ਸੋਹਣੇ ਦਰਖਤਾਂ ਨੂੰ ਸੋਹਣੇ ਮ੍ਰਿਦਲ ਕੋਮਲ ਸਰਲ ਪੱਤੇ ਨਿਕਲਣ ਲੱਗੇ। ਬਰਨ ਬਰਨ ਬਾਰੇ ਉਪਮਾ ਛਾਜੀ, ਰੰਗ ਰੰਗ ਦੇ ਬਸਤ, ਰੰਗ ਰੰਗ ਦੇ ਫੁੱਲ, ਰੰਗ ਰੰਗ ਦੇ ਪੱਤੇ ਉਹ ਖਿੜੇ ਹੋਏ ਨਜ਼ਰ ਆਉਂਦੇ ਤੇ ਉਹਨਾਂ ਨੂੰ ਵੇਖ ਕੇ ਇਸ ਤਰ੍ਹਾਂ ਉਪਮਾ ਆਉਂਦੀ ਹੈ। ਜਨ ਬਸੰਤ ਨਿਜ ਸੈਨ ਸ਼ਿੰਗਾਰੀ, ਕਹਿੰਦੇ ਮਾਨੋ ਜਿਵੇਂ ਬਸੰਤ ਰੁੱਤ ਰਾਜਾ ਹੋਵੇ ਤੇ ਆਹ ਜਿਹੜੇ ਫੁੱਲ ਨੇ, ਆਹ ਜਿਹੜੇ ਪੱਤੇ ਬਸੰਤ ਰੁੱਤ ਵਿੱਚ ਖਿੜੇ ਫੁੱਲ ਖਿੜੇ ਨਜ਼ਰ ਆਉਂਦੇ ਨੇ, ਇਹ ਬਸੰਤ ਰੂਪੀ ਰਾਜੇ ਦੀ ਆਪਣੀ ਸੈਨਾ ਹੋਵੇ, ਇਹ ਮਾਨੋ ਉਹਦੀ ਸੈਨਾ ਹੋਵੇ, ਉਹਦੀ ਫੌਜ ਹੋਵੇ। ਜੀਤਨ ਜੇ ਬਿਰਹੀ ਨਰ ਨਾਰੀ, ਕਹਿੰਦੇ ਜਿਹੜੀ ਇਹ ਜਿੱਤਣਾ ਕਿਹਨੂੰ ਇਹਨੇ ਰਾਜੇ ਨੇ ਇਸ ਫੌਜ ਦੇ ਸਮੇਤ, ਜਿਹੜੇ ਬਿਰਹੀ ਨਰ ਨਾਰੀਆਂ ਹਨ ਉਹਨਾਂ ਨੂੰ ਜਿੱਤਣ ਵਾਸਤੇ ਮਾਨੋ ਬਸੰਤ ਨੇ ਇਹ ਫੌਜ ਤਿਆਰ ਕੀਤੀ ਹੋਈ ਹੈ। ਸਭ ਪਲਾਸ ਤੇ ਪਾਤ ਨੇ ਪਾਤੀ, ਸਾਰੇ ਦਰਖਤਾਂ ਵਿੱਚੋਂ ਜਿਹੜੇ ਪੱਤੇ ਨਿਕਲ ਰਹੇ ਨੇ, ਕੁਰੁੰਬਲਾਂ ਨਿਕਲ ਰਹੀਆਂ ਨੇ, ਫੁੱਲਾਂ ਫੁੱਲ ਲਾਲ ਪਲ ਭਾਂਤੀ, ਲਾਲ ਲਾਲ ਰੰਗ ਦੇ ਫੁੱਲ ਖਿੜੇ ਹੋਏ ਕਈ ਪ੍ਰਕਾਰ ਦੇ ਨਜ਼ਰ ਆਉਂਦੇ ਹਨ। ਮਨਹੋ ਸੁਪਟ ਪਟ ਰੰਗਨ ਰਾਂਗੇ, ਇਹ ਤਾਂ ਜਾਪਦਾ ਮਾਨੋ ਬਸੰਤ ਰੁੱਤ ਰੂਪੀ ਰਾਜੇ ਦੀ ਫੌਜ ਦੇ ਕੱਪੜੇ
ਬਸਤਰ ਪਾਏ ਹੋਏ ਨੇ ਲਾਲ ਰੰਗ ਦੇ ਸੁੰਦਰ ਸੋਭਨੀਕ ਹੋ ਰਹੇ ਨੇ ਚੜੇ ਯੁੱਧ ਕਰ ਆਰਨ ਬਾਗੇ ਮਾਨੋ ਜਿਵੇਂ ਲਾਲ ਰੰਗ ਦੇ ਕੱਪੜੇ ਪਾ ਕੇ ਯੁੱਧ ਕਰਨ ਲਈ ਚੜੇ ਹਨ ਤਿਆਰ ਹੋਏ ਨੇ ਅੰਬਰ ਮੋਰ ਪਿਖ ਆਨੰਦ ਜਾਸੂ ਔਰ ਕਹਿੰਦੇ ਅੰਬਰ ਮੋਰ ਵੇਖ ਕੇ ਬੜਾ ਆਨੰਦ ਹੁੰਦਾ ਜਦੋਂ ਉਹਨਾਂ ਦਾ ਅੰਗੂਰ ਫੁੱਟਿਆ ਹੋਇਆ ਨਜ਼ਰ ਆਉਂਦਾ ਕੂਕਤ ਕੋਕਿਲ ਕਲਰਵ ਤਾਸੂ ਤੇ ਅੰਬਾਂ ਦੇ ਬੂਰਾਂ ਨੂੰ ਖਾ ਕੇ ਤੇ ਕੋਇਲਾਂ ਕੂਕਦੀਆਂ ਨੇ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਨਾਦ ਪੂਰਦੀਆਂ ਨੇ ਜਨ ਬਸੰਤ ਕੀ ਦੇਤ ਦੁਹਾਈ ਉਹ ਕੋਇਲਾਂ ਬੋਲਦੀਆਂ ਮਾਨੋ ਰਾਜੇ ਬਸੰਤ ਰੁੱਤ ਰੂਪੀ ਰਾਜੇ ਦੀ ਦੁਹਾਈ ਦਿੰਦੀਆਂ ਹਨ ਮਾਨੋ ਜਿਵੇਂ ਉਹਦਾ ਜਸ ਕਰਦੀਆਂ ਹੋਣ ਮਾਨਿਨ ਦੇਸ਼ ਜੇ ਮਾਨ ਕਢਾਈ ਜਿਹੜੀਆਂ ਮਾਨਨਾ ਨੇ ਆਪਣੇ ਪਤੀਆਂ ਨੂੰ ਆਪਣੇ ਦੇਸ਼ ਚੋਂ ਕੱਢਿਆ ਹੋਇਆ ਪੁਸ਼ਪਨ ਕੀ ਮਕਰੰਦ ਨਿਹਾਰੀ ਕਹਿੰਦੇ ਮਾਨੋ ਉਹਨਾਂ ਦੇ ਮਾਣ ਨੂੰ ਤੋੜ ਰਹੀ ਹੈ ਬਸੰਤ ਰਿਤੂ ਔਰ ਇਸ ਦੁਬਾਰਾ ਪੜ੍ਹੀਏ ਜੀ ਪੁਸ਼ਪਨ ਕੀ ਮਕਰੰਦ ਨਿਹਾਰੀ ਕਹਿੰਦੇ ਫੁੱਲਾਂ ਦੀ ਸੋਹਣੀ ਮਕਰੰਦ ਨੂੰ ਵੇਖ ਕੇ ਇਹ ਪਰ ਮਦ ਕਰਤ ਗੁੰਜਾਰੀ ਉਹਨਾਂ ਉੱਤੇ ਭਵਰੇ ਮੰਡਰਾਉਂਦੇ ਆ ਸੋਹਣੇ ਫੁੱਲਾਂ ਦੇ ਉੱਤੇ ਕਾਲੇ ਰੰਗ ਦੇ ਤੇ ਉਹਨਾਂ ਦੇ ਮੰਡਰਾਉਣ ਦੀ ਗੁੰਜਣ ਦੀ ਆਵਾਜ਼ ਆਉਂਦੀ ਹੈ ਜਨ ਬਸੰਤ ਨ੍ਰਿਪ ਆਗੇ ਬੀਨਾ ਕਹਿੰਦੇ ਮਾਨੋ ਬਸੰਤ ਰੂਪੀ ਰਾਜੇ ਦੇ ਸਾਹਮਣੇ ਉਹ ਜਿਹੜੇ ਭਵਰੇ ਬੋਲਦੇ ਨੇ ਨਾ ਮੰਡਰਾਉਂਦੇ ਤੇ ਗੂ ਗੂ ਦੀ ਆਵਾਜ਼ ਆਉਂਦੀ ਹੈ ਕਹਿੰਦੇ ਜਪਦਾ ਇਹ ਬਸੰਤ ਰੂਪੀ ਰਾਜੇ ਦੇ ਅੱਗੇ ਬੀਨ ਪੇ ਵਜਾਉਂਦੇ ਨੇ ਗਾਏ ਵਜਾਵੇ ਹੈ ਗੁਣੀ ਪ੍ਰਵੀਨਾ ਗਾਉਂਦੇ ਤੇ ਵਜਾਉਂਦੇ ਨੇ ਗੁਣੀ ਪ੍ਰਵੀਨ ਲਲਿਤ ਬਿਹੰਗ ਬੋਲਹੀ ਬਾਨੀ ਅਨੇਕ ਪ੍ਰਕਾਰ ਦੇ ਸੁੰਦਰ ਪੰਛੀ ਜਦੋਂ ਬੋਲਦੇ ਹਨ ਜਨ ਬੰਦੀ ਜਨ ਕੀਰਤ ਗਾਨੀ ਮਾਨੋ ਇਹ ਬੰਦੀ ਜਨ ਭੱਟ ਨੇ ਜਿਹੜੇ ਰਾਜੇ ਬਸੰਤ ਦੀ ਉਪਮਾ ਕਰ ਰਹੇ ਨੇ ਉਹਦੀ ਕੀਰਤੀ ਗਾਇਨ ਕਰ ਰਹੇ ਨੇ ਸ਼ੀਤਲ ਮੰਦ ਸੁਗੰਧ ਸਮੀਰਾ ਸ਼ੀਤਲ ਤੇ ਠੰਡੀ ਹਵਾ ਚੱਲਦੀ ਹੈ ਮਾਨਨ ਬਿਰਹਨ ਕਰਤ ਅਧੀਰਾ ਜਿਹੜੀ ਮਾਨਨ ਵਿਛੜੋ ਆਪਣੇ ਪਤੀਆਂ ਤੋਂ ਵਿਛੜੀਆਂ ਹੋਈਆਂ ਇਸਤਰੀਆਂ ਨੇ ਉਹਨਾਂ ਦੇ ਧੀਰਜ ਨੂੰ ਤੋੜਦੀ ਹੈ ਹਵਾ ਸੇਤ ਸ਼ਿਆਮ ਸ਼ਰੋਣਤ ਪੁਨ ਪੀਤਾ ਚਿੱਟੇ ਕਾਲੇ ਲਾਲ ਤੇ ਪੀਲੇ ਰੰਗ ਦੇ ਬਿਗਸੇ ਕੁਸਮ ਨਵੀਨੀ ਰੀਤਾ ਨਵੇਂ ਨਵੇਂ ਰੰਗ ਦੇ ਫੁੱਲ ਖਿੜੇ ਨੇ ਬਸੰਤ ਰੁੱਤ ਵਿੱਚ ਪਰ ਸ਼ਾਖਾ ਪਰ ਮੰਜਰੀ ਸੋਹੀ ਤੇ ਦਰਖਤਾਂ ਦੀਆਂ ਜਿਹੜੀਆਂ ਟਹਿਣੀਆਂ ਨੇ ਉਹਨਾਂ ਤੇ ਮੁੰਜੀਆਂ ਜੀਆਂ ਨਿਕਲੀਆਂ ਹੋਈਆਂ ਸੋਭਦੀਆਂ ਹਨ ਮਨਹੋ ਧਰੀ ਕਲਗੀ ਮਨ ਮੋਹੀ ਕਹਿੰਦੇ ਮਨਹੋ ਧਰੀ ਕਲਗੀ ਮਨ ਮੋਹੀ ਮਾਨੋ ਬਸੰਤ ਰਾਜੇ ਨੇ ਆਪਣੇ ਸਿਰ ਤੇ ਇਹ ਕਲਗੀ ਧਾਰਨ ਕੀਤੀ ਹੋਈ ਹੈ ਅਸਬਿਦ ਜਹਿ ਬਨ ਛੱਡ ਬੱਡ ਛਬ ਧਾਰੀ ਇਹੋ ਜਿਹੜੇ ਜੰਗਲ ਨੇ ਇਹੋ ਜੇ ਸੋਹਣੀ ਛਬੀ ਵਾਲੇ ਬਸੰਤ ਰੁੱਤ ਵਿੱਚ ਖਿੜੇ ਜੰਗਲ ਹਨ ਬਨ ਹਨ ਵਿਚਰਤ ਤੈ ਨਾਨਕ ਸੁਖਕਾਰੀ ਸੁਖਦਾ ਤੇ ਗੁਰੂ ਨਾਨਕ ਸਾਹਿਬ ਪਸ਼ੂਆਂ ਨੂੰ ਲੈ ਕੇ ਮੱਝਾਂ ਗਾਵਾਂ ਨੂੰ ਲੈ ਕੇ ਇਹੋ ਜੇ ਜੰਗਲ ਦੇ ਵਿੱਚ ਵਿਚਰਦੇ ਧੰਨ ਗੁਰੂ ਨਾਨਕ ਸਾਹਿਬ ਬਸੰਤ ਰੁੱਤ ਦਾ ਅਲੰਕਾਰ ਬਨ ਕੇ ਵੀ ਉਹ ਰਾਜਾ ਤੇ ਉਹਦੇ ਬਸੰਤ ਰੁੱਤ ਵਿੱਚ ਜਿਹੜੀ ਕੁਦਰਤ ਦਾ ਖੜਾਵ ਹੁੰਦਾ ਉਹ ਸਾਰਾ ਵਰਣਨ ਕਰਕੇ ਨਾ ਮਾਂ ਕਵੀ ਜੀ ਕੈਸਾ ਸੁੰਦਰ ਅਲੰਕਾਰ ਬਣ ਕੇ ਫਿਰ ਕਹਿੰਦੇ ਇਹੋ ਜਿਹੇ ਸੋਹਣੇ ਬਾਗ ਵਿੱਚ ਇਹੋ ਜਿਹੇ ਸੁੰਦਰ ਜੰਗਲ ਵਿੱਚ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਿਚਰਦੇ ਹਨ ਜੋ ਸਾਰਿਆਂ ਨੂੰ ਸੁੱਖ ਦੇਣ ਵਾਲੇ ਨੇ ਮਾਸ ਵਿਸਾਖ ਵਿਖੇ ਗੁਣ ਐਨਾ ਵਿਸਾਖ ਦਾ ਮਹੀਨਾ ਆ ਗਿਆ ਵਿਸਾਖ ਦਾ ਮਹੀਨਾ ਵਿਸਾਖ ਦੀ ਸੰਕ੍ਰਾਂਤ ਨੂੰ ਸ਼ੁਰੂ ਹੋ ਜਾਂਦਾ ਉਦੋਂ ਕੁਦਰਤ ਸਾਰੀ ਖਿੜ ਜਾਂਦੀ ਹੈ ਮੌਸਮ ਵੀ ਬੜਾ ਸੁੰਦਰ ਸੋਹਣਾ ਹੋ ਜਾਂਦਾ ਤਨ ਨੂੰ ਸੁੱਖ ਦੇਣ ਵਾਲਾ ਥੋੜੀ ਥੋੜੀ ਗਰਮੀ ਚ ਵੀ ਪੈਣ ਲੱਗ ਪੈਂਦੀ ਹੈ ਕਦੇ ਠੰਡ ਲੱਗਦੀ ਹੈ ਕਦੇ ਗਰਮੀ ਇਹੋ ਜਿਹਾ ਮੌਸਮ ਹੁੰਦਾ ਕਹਿੰਦੇ ਇਸ ਪ੍ਰਕਾਰ ਦਾ ਮਹੀਨਾ ਆ ਗਿਆ ਵਿਸਾਖ ਦਾ ਚਾਰਹਿ ਤਹਾਂ ਮਹਿਕ ਪੁੰਨ ਤਿੰਨਾ ਪਾਤਸ਼ਾਹ ਜੀ ਮੱਝਾਂ ਤੇ ਗਾਵਾਂ ਜਿਹੜੀਆਂ ਨੇ ਉਹ ਜੰਗਲ ਦੇ ਵਿੱਚ ਚਾਰ ਰਹੇ ਨੇ ਮ੍ਰਿਦੁਲ ਹਰਤ ਜੇ ਤ੍ਰਿਣ ਨਵੀਨਾ ਜਿੱਥੇ ਨਵਾਂ ਨਵਾਂ ਘਾਹ ਉੱਗਾ ਨਾ ਬਸੰਤ ਵਿੱਚ ਜ਼ਮੀਨ ਚੋਂ ਫੁੱਟਦਾ ਘਾਹ ਮ੍ਰਿਦੁਲ ਮਿੱਠਾ ਕੋਮਲ ਤੇ ਹਰਾ ਹਰਾ ਰੰਗ ਦਾ ਘਾਹ ਉੱਥੇ ਪਸ਼ੂਆਂ ਨੂੰ ਚਾਰ ਦੇ ਪਾਤਸ਼ਾਹ ਦੇਖ ਚਰਾ ਵਹਿ ਦਾਨੀ ਦੀਨਾ ਦੀਨਾ ਨੂੰ ਦਾਨ ਕਰਨ ਵਾਲੇ ਸਤਿਗੁਰੂ ਜੀ ਜਿੱਥੇ ਚੰਗਾ ਵਧੀਆ ਘਾਹ ਹੁੰਦਾ ਹੈ ਉੱਥੇ ਪਸ਼ੂਆਂ ਨੂੰ ਚਰਾਉਂਦੇ ਹਨ ਜਬ ਬਾਸੁਰ ਜੁਗ ਜਾਮ ਬੇ ਤਿਉਤਾ ਜਦੋਂ ਇਸੇ ਤਰ੍ਹਾਂ ਦੋ ਪਹਿਰ ਦਾ ਸਮਾਂ ਬਤੀਤ ਹੋ ਗਿਆ ਮਾਰ ਤੰਡ ਕੀ ਚੰਡ ਦਯੋਤਾ ਆਕਾਸ਼ ਵਿੱਚ ਸੂਰਜ ਉਦੇ ਹੋਇਆ ਆਕਾਸ਼ ਵਿੱਚ ਸੂਰਜ ਚੜਿਆ ਕਰਮਤ ਕਛੁਕ ਹੋਏ ਕਰ ਅਲਸਾਏ ਦੁਪਹਿਰ ਦਾ ਸਮਾਂ ਸੀ ਫਿਰਦਿਆਂ ਫਿਰਦਿਆਂ ਪਸ਼ੂਆਂ ਪਿੱਛੇ ਕੁਝ ਸਰੀਰ ਨੂੰ ਥਕੇਵਾਂ ਹੋਇਆ ਤੋ ਪਾਤਸ਼ਾਹ ਜੀ ਨੂੰ ਥੋੜੀ ਜਿਹੀ ਜਿਵੇਂ ਨੀਂਦ ਆਉਂਦੀ ਹੁੰਦੀ ਹੈ ਦੁਪਹਿਰ ਦੇ ਸਮੇਂ
मानवी लीला दा ठाट है सतगुरां दा। पातशाह तां नींद भुख तों परे ने, परे मानवी लीला दा ठाट है। तो पातशाह जी नूं कहिंदे मानो जिवें थोड़ी नींद आ रही है। चारत तेहिन टिके इक थाए, ते मझां गावां नूं चारदिआं ना सतगुरु जी इक दरखत दे नेड़े आ के टिक गए। पिख कर बल तरुवर की छाया, देखिआ दुपहर दा समय दरखत दी सोहणी छां वेखी। सैन करन हित चित बिरमाया, मन च इच्छा होई वी इहदे दरखत दे थल्ले आसन ला लईए ते झटक लेट लईए। मंद सुगंध सीत बहि पौना, हवा बड़ी उह दरखत दे थल्ले ठंडी ठंडी शरीर नूं सुख देण वाली वगदी है। मृदुल सो दल लेकी न बिछौना, थल्ले ना बड़ा हरा हरा जिहा मृदुल जिहा घा लगा होया। उहदे ते पातशाह दे कोल इक चादरा सी, दो चादरे रखदे सी पातशाह। एक चादरा महाराज जी ने थले बिछा लिया, तां पर बस्त्र बिछायो स्वेता, चिट्टे रंग दा चादरा महाराज जी ने थले बिछा लिया घा दे उत्ते। पौड़ रहे पुन कृपा निकेता, और कृपा दे सागर सतगुरु जी उस चादरे दे उत्ते बिराज गए। पातशाह जी लेट गए, भए नींद वस मुंदरित लोचन, नेत्र मुंद लए ते पातशाह जी कुछ समय लई नींद वस हो गए। खान जे सोच विमोचन, करुणा दी खान सतगुरु जो अपने सेवकां दियां सोचां दा चिंतावां दा फिकरां दा नाश करन वाले हन। खट खटका जब सोते बीती, तकरीबन 6 घड़ियां तक पातशाह लेटे रहे, पशु चरी जांदे अपने आप। महाराज 6 घड़ियां तक उत्थे ही लेटे रहे। तरुवर की छाया विपरीती, सुभावक है जदों सूरज घूमदा ते दरखत दी छां भी घूम जांदी है। जिथे पातशाह लेटे सी लेटिया लेटिया दरखत दी जेड़ी छां सी ओ घूम गई। पश्चिम दिशा तरन बहु जावा, ते सूरज लेंदे वाले पासे नू जा रहा है। मुख पंकज पर आ तप आवा, ते सतगुरां दे मुख मंडल दे उत्ते धुप आ पई। पातशाह दे मुख मंडल ते ना धुप जेड़ी आ कड़क दी धुप सी, ओ धुप पैण लगी। सवेदक बिंद बूंद मकरंदा, धुप पैण करके ते पातशाह दे मुख मंडल तो ना पसीने दियां थोड़ियां निकियां निकियां बूंदा ओ पातशाह दे चेहरे ते नजर आउण लगियां। बड़ियां सुंदर लगदियां पातशाह दे मुख मंडल ते। राजत जिव पांतन अर बिंदा, कहिंदे जिवें कमल दे फुल दे पत्ते दे उत्ते पानी दियां बूंदा नहीं जम्मियां हुंदियां, ਏਦਾਂ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਮੰਡਲ ਦੇ ਉੱਤੇ ਉਹ ਪਸੀਨੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਉਹ ਜੰਮੀਆਂ ਹੋਈਆਂ ਬੜੀਆਂ ਸੁੰਦਰ ਲੱਗਦੀਆਂ ਹਨ। ਕਿਦੋ ਚੰਦਰਮਾ ਮੰਡਲ ਮਾਹੀ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਆਕਾਸ਼ ਵਿੱਚ ਜਿਹੜਾ ਚੰਦਰਮਾ ਹੈ, ਕਿਨ ਕਾ ਸ਼ਰਵਤ ਪਯੂਖ ਸੁਹਾਹੀ, ਕਹਿੰਦੇ ਵੀ ਚੰਦਰਮਾ ਵਿੱਚੋਂ ਨਾ ਅੰਮ੍ਰਿਤ ਡਿੱਗਦਾ ਜ਼ਮੀਨ ਤੇ, ਚੰਦਰਮਾ ਵਿੱਚੋਂ ਅੰਮ੍ਰਿਤ ਉਹ ਸਰਵਦਾ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਮੁੱਖ ਮੰਡਲ ਚੰਦਰਮਾ ਤੇ ਪਸੀਨੇ ਦੀਆਂ ਉਹ ਬੂੰਦਾਂ ਉਸ ਚੰਦਰਮਾ ਜੈਸੇ ਮੁੱਖ ਮੰਡਲ ਚੋਂ ਨਿਕਲੀਆਂ ਹੋਈਆਂ ਅੰਮ੍ਰਿਤ ਦੀਆਂ ਬੂੰਦਾਂ ਹਨ। ਸ਼ੇਖ ਨਾਗ ਲਖ ਸ਼ੈਨ ਮਿਲਾਪੀ, ਉਧਰ ਸ਼ੇਸ਼ ਨਾਗ ਕਹਿੰਦੇ ਜਿਸ ਨੇ ਧਰਤੀ ਚੁੱਕੀ ਹੋਈ, ਐਸਾ ਕਿਹਾ ਜਾਂਦਾ, ਇਹ ਪੁਰਾਣਕ ਮਤ ਹੈ। ਕਹਿੰਦੇ ਉਹਨੇ ਸੋਚਿਆ, ਆਤਪ ਉਥਪਿਓ ਇਉਂ ਉਤਥਾਪੀ, ਉਹਨੇ ਵੇਖਿਆ ਕਿ ਮੇਰੀ ਸੇਜਾ ਤੇ ਭਗਵਾਨ ਵਿਸ਼ਨੂੰ ਜੀ ਬਿਰਾਜਦੇ ਹੈ। ਸ਼ੇਸ਼ਨਾਗ ਪਰ ਸੋਇਬੋ ਕਰੇ, ਸ਼ੇਸ਼ਨਾਗ ਦੀ ਸੇਗ ਤੇ ਵਿਸ਼ਨੂੰ ਜੀ ਬਿਰਾਜਦੇ ਹੈ। ਉਹਨੇ ਆਖਿਆ ਵੀ ਵਿਸ਼ਨੂੰ ਜੀ ਜਿਨ੍ਹਾਂ ਕੋਲੋਂ ਕਲਾ ਲੈ ਕੇ ਆਏ ਨੇ ਉਹ ਆਪ ਆਏ ਨੇ ਧਰਤੀ ਦੇ ਗੁਰੂ ਨਾਨਕ ਸਾਹਿਬ ਅਨੰਤ ਕਲਾਵਾਂ ਦੇ ਮਾਲਕ, ਤੇ ਮੈਨੂੰ ਮੌਕਾ ਮਿਲਿਆ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਧੁੱਪ ਆਈ ਹੈ ਤੇ ਮੈਂ ਜਾ ਕੇ ਉਸ ਧੁੱਪ ਨੂੰ ਆਪਣੇ ਫਨ ਨਾਲ ਢੱਕ ਲਵਾਂ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਮੁੱਖ ਮੰਡਲ ਤੇ ਧੁੱਪ ਨਾ ਪਵੇ। ਏਦਾਂ ਉਹਦੇ ਮਨ ਚ ਖਿਆਲ ਆਇਆ, ਸਵੇਤ ਵਰਨ ਗੋ ਦੁਗਦ ਨਵੀਨਾ, ਕਹਿੰਦੇ ਚਿੱਟੇ ਰੰਗ ਦਾ ਉਹ ਸ਼ੇਸ਼ ਨਾਗ ਹੈ, ਹਜ਼ਾਰ ਮੂੰਹ ਨੇ ਉਹਦੇ ਤੇ ਅਕਾਲ ਪੁਰਖ ਦੇ ਬੇਅੰਤ ਨਾਮ ਵਰਣਨ ਕਰਦਾ। ਸਫੇਦ ਰੰਗ ਜਿਵੇਂ ਦੁੱਧ ਹੁੰਦਾ ਚਿੱਟਾ, ਏਦਾਂ ਉਹਦਾ ਰੰਗ ਹੈ। ਧਰ ਦੂਸਰ ਤਨ ਆਵ ਪ੍ਰਬੀਨਾ, ਉਹਨੇ ਦੂਸਰਾ ਤਨ ਆਕਾਰ ਧਾਰਨ ਕੀਤਾ ਤੇ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਪਾਸ ਆਇਆ। ਸੁੰਦਰ ਸੁਖ ਮੰਦਰ ਕੋ ਦੇਖੀ, ਸੋਹਣੇ ਮੁੱਖ ਮੰਡਲ ਵਾਲੇ ਸੁੰਦਰ ਸਰੂਪ ਸਤਿਗੁਰਾਂ ਨੂੰ ਵੇਖਿਆ। ਕੀਨ ਬੰਦਨਾ ਪ੍ਰੀਤ ਵਿਸ਼ੇਖੀ, ਬੜੇ ਪ੍ਰੇਮ ਨਾਲ ਉਹਨੇ ਆ ਕੇ ਗੁਰਦੇਵ ਦੇ ਚਰਨਾਂ ਵਾਲੇ ਪਾਸੇ ਸੀਸ ਧਰ ਕੇ ਮੱਥਾ ਟੇਕਿਆ। ਮੇਰੇ ਸਿਰਜਣਹਾਰ,
अनंत समय तो मैं अपने हजार फना नाल तुहाडे बेअंत नाम कथन कीते हन, पर अज प्रतख रूप च तुहाडे दर्शन कर रहा मेरी जिंदगी सकारत हो गई है। अज मेरी कही हुई बंदगी दा फल तुहाडे दर्शना चो प्राप्त हो गया है। नमस्कार करदा सतगुरां दे चरणा ते। बहरो तीन प्रदक्षिणा दीनी। महाराज जी दे चारे पासे लेटे सा ना सतगुरु जी, चारे पासे फिर के ने तीन परिक्रमा कीतियां। शीश दिशा निज स्थित कीनी। फिर सतगुरां दे शीश वाले पासे आके ते टिक गया। हेत छाओ के फन बिस्थारा। महाराज जी दे शीश उत्ते छां करन लई चेहरे ते धुप पैंदी सी ना, इन्हें अपने फन का विस्थार किया। ननकाणा साहब विखे अस्थान अज भी हैं जिन्हां दी कथा चल रही है। तदे सिख रोज अरजोईयां करके मंगदे आ मंग महाराज खुले दर्शन सेवा संभाल दा दान अपने खालसा जी नूं बख्शो। जिथे सरप ने छाया कीती, जिथे खेतियां हरियां कीतियां, वह सारे स्थान उत्थे अज भी शोभनीक ने। तो उन्हें महाराज जी दे सीस उते दा फन खलार के छां कीती। अत उज्जल जिव सुर सर तारा। ते बिल्कुल सफेद है उदा रंग, जिवें गंगा दी लहर हुंदी ना चिट्टे रंग दी, एदा चिट्टा है। ऊचो फन अस शोभा पाई। उच्चा फन उहने कीता महाराज जी दे चेहरे ते छां कीती हुई है, और इस तरह छवि पाउंदा है कि दो सिंध सी सैन बनाई। मानो ने समुंदर दी सेना बना दिती है, जिवें सेन दा मतलब हुंदा सेज बना दिती है। सब शरीर पर जिसकी छाया। उहदे फन ने सारा शरीर महाराज जी दा जिहड़ा ना वड्डा फन धारण कीता, सारे शरीर दे उत्ते छां कीती हुई है। जड़ साथ हिर नह नह कड़ो लाया। जिवें पत्थर हुंदा ना एदा जड़ हो के खलोता, माड़ा मोटा भी हिल जुल नहीं करदा। अस पिद किंचत काल बतीता। एदा जदों कुछ समा बीत गया किए छाओ अत हरखत चीता। छां करदा ते दर्शन करी जांदा सतगुरां दे, बड़ा ही खुश बड़ा ही आनंद विच है। कल वड्डी निपराए बुलारू। इन्ने नूं राए भोए दा राजा यानी कि तलवंडी दा राजा राय बुलार। सो ससैन कित अनत पधारू। ओ किते अपनी फौज नाल बाहर गया होया सी। हां जी ते वेला तह चल कर आवा। उसे वेले उथों ही लंघ रहा सी जिथे पातशाह बिराजे ते सप ने छां कीती होई सी। राय बुलार उथो वापस लंघ रहा सी, आ रहा सी। जेह को जागे ओ भाग सुहावा। इस तरह कह लिए राय बुलार दे भाग जाग पे ने कोई पूर्वले कर्मां दे, कि उन्हें महाराज जी का सेवक बनना सी, खेड वेख के उहदे भाग जाग पे ने। अनी तुरंगम संग सोरंगा। उहदे नाल उहदियां फौजां भी ने राय बुलार दियां। आवह नगर है अंग यो मंगा। वो अपने नगर वल आ रहा सी, वापस किते बाहर गया होना काम नू, वापस आ रहा सी। देख नाग को कियो अनुमाना। उन्हें जदों वेख्या सप, एदां दा सप वेख्या ही नहीं सी कदे उन्हें, उन्हें वेख के अनुमान लाया। उज्जल पट आतपते ताना। दूरों एदों जापिया भी जिवें सूरज दे नाल कोई कपड़ा होवे चिट्टे रंग दा ते कोई अपने तन ते लैके पिया होवे, एदां उन्हें नजर आया दूरों। तरवर की छाया बर त्यागी। ते दरखत दी जिहड़ी छां आ उह घुम गई है। पट ओटन क्यों पाया अनुरागी। कहिंदे फिर कपड़े दी छां लै के कौन पिया होया, वो वेखदा दूरों वेख के सोच रहा। अस विचार कर त्यो टिग आवा। एदा सोचदा जदों कोल आया राय बुलार। रसना फरकत मुख दृष्टावा। की वेख्या भी ये कपड़ा नहीं, एदा सप है। ओदी जबान विचों काले जे रंग दी बाहर निकलदी ते फर्क दी नजर आउंदी है। भोगी लख वट भोगा कारा। उन्हें वेख्या भोगी कहिंदे आ सप नूं भी, इह तां सप है बड़े वड्डे आकार वाला, एदां दा सप तां कदे वेख्या नहीं असीं। कर ऊचो आयुत बिस्तारा। ते अपना फन खलार के पिया होया। राय विचारत उर भर दाया। राय ने सोचिया ते मन च दया आई। बार कमरे ओ ना पलंग खाया। कहिंदे भी ओ बच्चा जेड़ा थले पिया ओ मरिया पिया होना, तां इह सप ने नहीं खादा, जां हो सकदा सप करके मर गया होवे। जे जीवत एहो को अवतारी। फिर सोचदा कहिंदा जे बच्चा ना मरिया होया ना ए
ਤੇ ਫਿਰ ਕੋਈ ਅਵਤਾਰੀ ਪੁਰਸ਼ ਹੈ ਜਿਹਦੇ ਤੇ ਸੱਪ ਫੰਨ ਖਿਲਾਰ ਕੇ ਪਿਆ ਹੋਇਆ ਛਾਂ ਕਰਕੇ ਵੀ ਧੋਪੇ ਦੇ ਚਿਹਰੇ ਤੇ ਨਾ ਪਵੇ। ਰਾਏ ਬੁਲਾਰ ਸੋਚਦਾ ਕਹਿੰਦਾ ਜਾਂ ਤਾਂ ਇਹ ਮਰਿਆ ਪਿਆ ਬਾਲਕ, ਜੇ ਮਰਿਆ ਨਹੀਂ ਨਾ ਹੈ, ਸੋਚਦਾ ਵੀ ਇਹ ਕੋਈ ਅਵਤਾਰੀ ਪੁਰਸ਼ ਹੈ। ਸਰਪ ਸਵੇਤ ਜਹਾਂ ਸੇਵਾਕਾਰੀ, ਜਿਨ੍ਹਾਂ ਦੀ ਸੇਵਾ ਕਰਨ ਲਈ ਸਫੇਦ ਰੰਗ ਦਾ ਉਜਵਲ ਸਰਪ ਆਇਆ ਹੈ। ਹੇਰਨ ਹਿਤ ਭ੍ਰਿਤ ਨਿਕਟ ਪਠਾਇਆ, ਇਹਨੇ ਆਪਣਾ ਇੱਕ ਨੌਕਰ ਭੇਜਿਆ ਕੋਲ ਵੇਖਣ ਲਈ। ਤਬ ਜੀ ਮਗ ਪਾਤਾਲ ਸਿਧਾਇਆ, ਉਹਨੇ ਜਦੋਂ ਵੇਖਿਆ ਸਰਪ ਨੇ ਸ਼ੇਸ਼ ਨੇ ਵੀ ਇਹ ਆ ਰਹੇ ਨੇ ਇੱਧਰ, ਉਸੇ ਵੇਲੇ ਉੱਥੇ ਹੀ ਅਲੋਪ ਹੋ ਗਿਆ ਜ਼ਮੀਨ ਵਿੱਚ, ਪਤਾ ਨਹੀਂ ਕਿੱਧਰ ਚਲਾ ਗਿਆ। ਪੁਨਗਾ ਤੋਰ ਤੁਰੰਗ ਮਰਾਊ, ਰਾਏ ਬੁਲਾਰ ਨੇ ਵੀ ਘੋੜਾ ਤੋਰਿਆ ਤੇ ਨੇੜੇ ਆਇਆ। ਲਖ ਅਚਰਜ ਪਸੇ ਅਨਚਿਤ ਚਾਉ, ਬੜਾ ਹੈਰਾਨ ਹੋਇਆ ਵੇਖ ਕੇ, ਅਸਚਰਜ ਵੀ ਹੋਇਆ। ਨਿਕਟ ਗਏ ਸੁਨ ਖੜਕਾ ਖੁਰਕੋ, ਜਦੋਂ ਘੋੜਿਆਂ ਦੇ ਪੈਰਾਂ ਦੇ ਖੁਰਾਂ ਦਾ ਖੜਕਾ ਸੁਣਿਆ। ਤਨ ਸੁਚੇਤ ਭਾ ਬੇਦੀ ਬਰਕੋ, ਬੇਦੀਆਂ ਦੀ ਕੁੱਲ ਦੇ ਕੇਤੂ ਗੁਰੂ ਨਾਨਕ ਪਾਤਸ਼ਾਹ ਸੁਚੇਤ ਹੋ ਗਏ। ਮਹਾਰਾਜ ਜੀ ਨੇ ਨੇਤਰ ਖੋਲ ਲਏ। ਲੋਚਨ ਬਿਗਸੇ ਦਲ ਪੁਸ਼ਕਰ ਸੇ, ਬਾਦਸ਼ਾਹ ਦੇ ਕਮਲ ਜੈਸੇ ਸੁੰਦਰ ਨੇਤਰ ਖਿੜ ਗਏ। ਬੇਚਕ ਤਾਰੇ ਬਰ ਮਦ ਕਰ ਸੇ, ਅੱਖਾਂ ਵਿੱਚ ਕਾਲੇ ਰੰਗ ਦੀਆਂ ਮਹਾਰਾਜ ਜੀ ਦੀਆਂ ਜਿਹੜੀਆਂ ਚਿਮੀਆਂ ਹਨ ਤਾਰੇ, ਉਹ ਬੜੇ ਸੁੰਦਰ ਜਾਪਦੇ ਨੇ ਨਜ਼ਰ ਆਉਂਦੇ ਹੈ। ਟਿਗ ਅਰੂੜ ਅਸ ਹੇਰੇ ਉਰਾਈ, ਦੇਖਿਆ ਲਾਗੇ ਰਾਏ ਬੁਲਾਰ ਘੋੜੇ ਤੇ ਖੜਾ ਹੈ। ਭੀਰ ਪਟਨ ਕੀ ਸੰਗ ਸੁਹਾਈ, ਨਾਲ ਉਹਦੇ ਸਿਪਾਹੀਆਂ ਦੀ ਭੀੜ ਹੈ। ਉੱਠ ਤਬ ਸਿਰ ਨਿਵਾਏ ਕੀ ਬੰਧਨ, ਮਹਾਰਾਜ ਜੀ ਉੱਠ ਕੇ ਖਲੋਤੇ ਤੇ ਰਾਏ ਨੂੰ ਨਮਸਕਾਰ ਕੀਤੀ। ਜੋ ਕਲ ਮਲ ਕਲ ਕਾਲ ਨਿਕੰਦਨ, ਜਿਹੜੇ ਕਲਯੁਗ ਦੇ ਪਾਪਾਂ ਦਾ ਨਾਸ਼ ਕਰਨ ਵਾਲੇ ਨੇ ਸਤਿਗੁਰੂ ਜੀ। ਪੁਰ ਪਾਲਕ ਦਰੁਤ ਉਤਰ ਤੁਰੰਗਾ, ਕਹਿੰਦੇ ਰਾਏ ਬੁਲਾਰ ਛੇਤੀ ਨਾਲ ਘੋੜੇ ਤੋਂ ਥੱਲੇ ਉਤਰਿਆ। ਪਰ ਰੰਬਨ ਗਰ ਸੰਗ ਉਮੰਗਾ, ਮਨ ਚ ਬੜਾ ਚਾਓ ਤੇ ਗੱਲ ਵਕੜੀ ਪਾਈ ਗੁਰੂ ਨਾਨਕ ਸਾਹਿਬ ਨੂੰ ਰਾਏ ਬੁਲਾਰ ਨੇ। ਸਾਦਰ ਸੋ ਨਿਜ ਭਰ ਕਰ ਕੰਨਿਆ, ਭੱਜ ਕੇ ਗੱਲ ਵਕੜੀ ਚ ਲੈ ਕੇ ਸਤਿਗੁਰੂ ਜੀ ਨੂੰ ਆਦਰ ਨਾਲ ਚੂਮਤ ਮਸਤਕ ਖੁਸ਼ੀ ਸੁਕਨੀਆ, ਬੜੀ ਖੁਸ਼ੀ ਨਾਲ ਮੱਥਾ ਚੁੰਮਦਾ ਕਿ ਇਹ ਅਵਤਾਰੀ ਪੁਰਸ਼ ਪਟਵਾਰੀ ਦੇ ਘਰ ਆਏ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ। ਸਤਿ ਸ੍ਰੀ ਅਕਾਲ, ਰਾਏ ਦੇ ਭਾਗ ਜਾ ਕੇ ਮੇਰੇ ਸਾਹਿਬ ਦਾ ਮੱਥਾ ਚੁੰਮਿਆ ਰਾਏ ਬੁਲਾਰ ਨੇ। ਭਾ ਅਧੀਨ ਮਨ ਕਰ ਬਹੁ ਪਾਉ, ਅਧੀਨ ਹੋ ਗਿਆ ਮਨ, ਬਸ ਫਿਰ ਤਾਂ ਮਨ ਗੁਲਾਮ ਹੋ ਗਿਆ ਗੁਰੂ ਨਾਨਕ ਸਾਹਿਬ ਦਾ। ਰਾਏ ਬੁਲਾਰ ਦਾ ਮਨ ਗੁਰੂ ਨਾਨਕ ਸਾਹਿਬ ਦਾ ਗੁਲਾਮ ਹੋ ਗਿਆ। ਜਾਣਿਓ ਇਹ ਅਵਤਾਰ ਪ੍ਰਭਾਉ, ਜਾਣ ਲਿਆ ਇਹ ਅਵਤਾਰੀ ਪੁਰਸ਼ ਨੇ ਆਪ ਖੁਦਾ ਹਨ। ਬਹਰ ਨਮਨ ਕਬ ਕੀਨ ਡੁਲਾਉ, ਇਹ ਦਿਨ ਗਿਆ ਤੇ ਜ਼ਿੰਦਗੀ ਦਾ ਅਖੀਰਲੇ ਸਾਹ ਤੱਕ ਰਾਏ ਬੁਲਾਰ ਨੇ ਕਦੇ ਵੀ ਆਪਣਾ ਮਨ ਸਤਿਗੁਰਾਂ ਤੋਂ ਡਾਵਾਂ ਡੋਲ ਨਹੀਂ ਕੀਤਾ, ਅਡੋਲ ਹੋ ਗਿਆ, ਸਤਿਗੁਰੂ ਜੀ ਦਾ ਸੇਵਕ ਹੋ ਗਿਆ, ਰਾਏ ਬੁਲਾਰ ਮਹਾਰਾਜ ਜੀ ਦਾ ਮੁਰੀਦ ਹੋ ਗਿਆ। ਫਿਰ ਕਰ ਸ਼ਰਧਾ ਤਾ ਦਿਨ ਰਾਉ, ਉਸੇ ਦਿਨ ਤੋਂ ਸਤਿਗੁਰਾਂ ਦੇ ਚਰਨਾਂ ਤੇ ਸ਼ਰਧਾ ਪ੍ਰੇਮ ਇਹਨੇ ਆਪਣੇ ਹਿਰਦੇ ਚ ਧਾਰਨ ਕਰ ਲਿਆ। ਪਰਮੇਸ਼ਰ ਸਮਝਾਨ ਸੋ ਜਾਣਾ, ਸਤਿਗੁਰਾਂ ਨੂੰ ਪਰਮੇਸ਼ਰ ਸਮਾਨ ਜਾਣ ਕੇ, ਮਨ ਕਰ ਬੰਦਾ ਹੈ ਪਦਰਾ ਜਾਣਾ, ਮਨ ਕਰਕੇ ਬੰਦਨਾ ਕਰਦਾ ਸਤਿਗੁਰਾਂ ਨੂੰ। ਰੁਕਿਓ ਕੰਠ ਭਰ ਪੂਰਨ ਪ੍ਰੇਮ, ਗਲਾ ਰੁਕ ਗਿਆ ਰਾਏ ਨੂੰ, ਕੋਈ ਗੱਲ ਹੀ ਨਹੀਂ ਆਈ, ਬੋਲ ਹੀ ਨਹੀਂ ਸਕਿਆ, ਮਨ ਗਦ ਗਦ ਹੋ ਗਿਆ, ਗਲਾ ਪ੍ਰੇਮ ਨਾਲ ਰੁਕ ਗਿਆ। ਬੋਲ ਨਾ ਸਕੇ ਉਚਿਤ ਭਾ ਖੇਮਾ, ਮੁਕਤੀ ਦਾ ਅਧਿਕਾਰੀ ਹੋ ਗਿਆ ਰਾਏ ਬੁਲਾਰ, ਕੁਝ ਬੋਲ ਨਹੀਂ ਸਕਿਆ। ਗਾ ਤੁਰੰਗ ਚੜ ਭੁਲਕਤ ਅੰਗਾ, ਔਰ ਘੋੜੇ ਤੇ ਸਵਾਰ ਹੋ ਕੇ ਖੁਸ਼ੀ ਨਾਲ ਚਲਾ ਗਿਆ। ਬੈਠੇ ਹੋ ਸਦਨੈ ਸੰਗ ਉਮੰਗਾ, ਘਰ ਜਾ ਕੇ ਆਪਣੇ ਮਨ ਚ ਸੋਚਦਾ, ਹਿਰਦੇ ਮਨੋਰਥ ਸਾਰ ਵਿਚਾਰ, ਮਨ ਹੀ ਮਨ ਸੋਚਦਾ ਵਿਚਾਰਾਂ ਕਰਦਾ ਰਾਏ ਬੁਲਾਰ, ਇਹ ਮਮ ਭਵ ਬੰਧਨ ਨਿਰਵਾਰ, ਇਹੀ ਨੇ ਜਿਹੜਾ ਮੇਰੇ ਜਨਮ ਮਰਨ ਨੂੰ ਨਿਵਾਰਨ ਲਈ ਆਏ ਨੇ, ਇਹੀ ਨੇ ਜਿਹੜੇ ਮੈਨੂੰ ਇਹ ਸੰਸਾਰ ਤੋਂ ਤਾਰਨਗੇ। ਰਾਏ ਬੁਲਾਰ ਮਨ ਹੀ ਮਨ ਸੋਚ ਰਿਹਾ, ਇਧਰ ਗਰੀਬਨ ਬਾਜ ਪਾਤਸ਼ਾਹ ਬਾਲ ਲੀਲਾ ਦੇ ਚੋਜ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਸਮਰਥ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਸੰਨ 1709-11 ਨਵੰਬਰ ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਤੇ ਸਮੁੱਚੇ ਖਾਲਸੇ ਪੰਥ ਨੇ ਸਮਾਣਾ ਫਤਿਹ ਕੀਤਾ ਔਰ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਸੈਯਦ ਜਲਾਲੂਦੀਨ ਨੂੰ ਮਾਰਿਆ।
ਜਾਨੀ ਖਾਂ ਤੇ ਮਾਨੀ ਖਾਂ ਨੂੰ ਮਾਰਿਆ, ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਔਰ ਸਮਾਣੇ ਵਿੱਚ 22 ਪਾਲਕੀਆਂ ਉਹਨਾਂ ਵੇਲਿਆਂ 'ਚ ਨਿਕਲਦੀਆਂ ਸਨ। ਬੜਾ ਵੱਡਾ ਪ੍ਰਸਿੱਧ ਨਗਰ ਸੀ, ਜਰਵਾਣੇ ਸੈਯਦ ਇੱਥੇ ਰਹਿੰਦੇ, ਉਹਨਾਂ ਨੂੰ ਸੋਧਿਆ ਔਰ ਭਾਈ ਫਤਿਹ ਸਿੰਘ ਜੀ ਨੂੰ ਇੱਥੋਂ ਦਾ ਗਵਰਨਰ ਥਾਪਿਆ। ਉਹ ਦਿਨ ਸਮਾਣਾ ਫਤਿਹ ਦਿਵਸ ਕੱਲ 11 ਨਵੰਬਰ ਨੂੰ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ 9ਵੀਂ ਸਮਾਣੇ ਵਿਖੇ ਮਨਾਇਆ ਜਾ ਰਿਹਾ ਹੈ। ਕੱਲ ਸਵੇਰੇ 10 ਤੋਂ ਦੁਪਹਿਰੇ 2 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ ਢਾਡੀ ਸਿੰਘ, ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਸੰਪਰਦਾਵਾਂ ਦੇ ਮੁਖੀ ਮਹਾਂਪੁਰਸ਼ ਹਾਜ਼ਰੀਆਂ ਭਰ ਰਹੇ ਨੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਆਪ ਦੀ ਹਾਜ਼ਰੀਆਂ ਭਰ ਕੇ ਗੁਰੂ ਜਸ ਅਰਪਣ ਕਰੋ, ਆਪਣੇ ਵਿਰਸੇ ਤੋਂ ਜਾਣੂ ਹੋਵੋ। ਔਰ ਕੱਲ੍ਹ ਸਵੇਰੇ ਉੱਥੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਤਕਰੀਬਨ 10 ਵਜੇ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੋਲ ਛਕਣੀ ਹੈ, ਉਹ ਵੀ 5 ਕੱਕਿਆਂ ਦੇ ਸਹਿਤ ਤਿਆਰ ਬਰਤਿਆਰ ਹੋ ਕੇ ਹਾਜ਼ਰ ਹੋ ਕੇ ਖੰਡੇ ਬਾਟੇ ਦੀ ਪੋਲ ਛੱਕ ਕੇ ਸਤਿਗੁਰਾਂ ਦੇ ਜਹਾਜ਼ ਤੇ ਸਵਾਰ ਹੋਵੋ। 13 ਤਰੀਕ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦਿਨ ਸ਼ਨੀਵਾਰ ਸ਼ਾਮ ਨੂੰ 7 ਤੋਂ 9:30 ਵਜੇ ਤੱਕ ਖਾਲਸੇ ਪੰਥ ਦੇ ਪੂਜਨੀਕ ਮਾਤਾ ਆਦਿ ਸ਼ਕਤੀ ਮਾਤਾ ਸਾਹਿਬ ਦੇਵਾਂ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਦੁੱਖ ਨਿਵਾਰਨ ਸਾਹਿਬ ਦੀਵਾਨ ਹਾਲ ਵਿੱਚ ਆਪ ਜੀ ਨੇ ਹਾਜ਼ਰੀਆਂ ਭਰ ਕੇ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ।